स्वागत ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਜੀ ਵਤਨਾਂ ਤੋਂ ਲੈ ਕੇ ਪ੍ਰਦੇਸ਼ਾਂ ਤੱਕ ਪਿਆਰੇ ਦਰਸ਼ਕੋ ਮੈਂ ਆ ਜੀ ਵਰੁਣ ਕੌਰ ਮਾਨ ਤੇ ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਅਸੀਂ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਵੀ ਕਰਦੇ ਹਾਂ ਅਤੇ ਤੁਹਾਡੇ ਨਾਲ ਜ਼ਿੰਦਗੀ ਦੇ ਨਾਲ ਜੁੜੇ ਹੋਏ ਗੀਤ ਵੀ ਤੁਹਾਨੂੰ ਦਿਖਾਉਂਦੇ ਹਾਂ ਔਰ ਅੱਜ ਵੀ ਇਸੇ ਹੀ ਰੌਂ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਜੀ ਲੈ ਕੇ ਗੱਲਾਂ ਅਤੇ ਗੀਤ ਅਤੇ ਅੱਜ ਅਸੀਂ ਕਿਸ ਵਿਸ਼ੇ ਦੇ ਉੱਪਰ ਕਿਸ ਮਜ਼ਮੂਨ ਦੇ ਉੱਪਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਤੁਸੀਂ ਉਹ ਵੀ ਨੋਟ ਕਰ ਲਓ ਜੀ ਬਿਲਕੁਲ ਔਰ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਸਾਡੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ ਅੱਜ ਦਾ ਵਿਸ਼ਾ ਜੀ ਮਤਦਾਤਾ ਜਾਗਰੂਕਤਾ ਸਾਡੇ ਫੋਨ ਨੰਬਰ ਨੇ 0118281 4 0118 281 4 0118281 4 ਇਹ ਦੋਨੋਂ ਫੋਨ ਨੰਬਰ ਜਿਹੜੇ ਨੇ ਤੁਹਾਡੇ ਲਈ ਖੁੱਲ੍ਹੇ ਨੇ ਔਰ ਤੁਸੀਂ ਇਹਨਾਂ ਨੰਬਰਾਂ ਨੂੰ ਡਾਇਲ ਕਰਕੇ ਸਾਡੇ ਦੂਰਦਰਸ਼ਨ ਦੇ ਵਿਹੜੇ ਤੱਕ ਆਪਣੀ ਪਹੁੰਚ ਕਰ ਸਕਦੇ ਹੋ ਬਿਲਕੁਲ ਜੀ ਦੋ ਲਾਈਨਾਂ ਤੁਹਾਡੇ ਵਾਸਤੇ ਖੁੱਲ੍ਹੀਆਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਨੰਬਰ ਮਿਲਾ ਕੇ ਤੁਸੀਂ ਸਾਡੇ ਨਾਲ ਆਪਣਾ ਸਵਾਲ ਸਾਂਝਾ ਕਰ ਸਕਦੇ ਹੋ ਔਰ ਜੇਕਰ ਅੱਜ ਦਾ ਵਿਸ਼ਾ ਅਸੀਂ ਦੇਖੀਏ ਨਾ ਮਤਦਾਤਾ ਜਾਗਰੂਕਤਾ ਸੱਚੀ ਮੁੱਚੀ ਜਾਗਰੂਕਤਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਔਰ ਇਹ ਜਾਗਰੂਕਤਾ ਜੇਕਰ ਹੋਵੇਗੀ ਤਾਂ ਹੀ ਅਸੀਂ ਆਪਣਾ ਮਤਦਾਨ ਸਹੀ ਤਰੀਕੇ ਦੇ ਨਾਲ ਸਲੀਕੇ ਦੇ ਨਾਲ ਸਹੀ ਲੋਕਾਂ ਦੇ ਲਈ ਸਹੀ ਦਿਸ਼ਾ ਦੇ ਲਈ ਅਤੇ ਸਹੀ ਦਸ਼ਾ ਦੇ ਲਈ ਕਰ ਸਕਦੇ ਹਾਂ ਔਰ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਪਰ ਸਾਨੂੰ ਵਿਸਥਾਰਪੂਰਵਕ ਜਾਣਕਾਰੀ ਦੇਣ ਦੇ ਵਾਸਤੇ ਜਿਹੜੇ ਮਾਹਿਰ ਮਹਿਮਾਨ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਚੇਚੇ ਤੌਰ 'ਤੇ ਸ਼ਿਰਕਤ ਫਰਮਾ ਨੇ ਉਹਨਾਂ ਦਾ ਅਸੀਂ ਰਸਮੀ ਤੌਰ 'ਤੇ ਤੁਹਾਡੇ ਨਾਲ ਕਰਵਾ ਦਈਏ ਸਾਡੇ ਨਾਲ ਸ਼੍ਰੀ ਵਰਿੰਦਰ ਸ਼ਰਮਾ ਜੀ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਸਾਡੇ ਨਾਲ ਅੱਜ ਉਚੇਚੇ ਤੌਰ 'ਤੇ ਗੱਲਬਾਤ ਵਿੱਚ ਸ਼ਾਮਲ ਹੋਏ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵੈਰੀ ਮੱਚ ਤੁਹਾਡੇ ਜਿੰਨੇ ਵੀ ਲੱਖਾਂ ਦਰਸ਼ਕ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅਦਾਬ ਗੁੱਡ ਮਾਰਨਿੰਗ ਸੰਵਿਧਾਨ ਨੇ ਆਪਾਂ ਨੂੰ ਅਧਿਕਾਰ ਵੀ ਦਿੱਤੇ ਨੇ ਹਨਾ ਫਰਜ਼ ਕਰਤੱਵ ਸਾਰਾ ਕੁਝ ਇਕੱਠਾ ਚੱਲਦਾ ਤੇ ਜਦੋਂ ਚੋਗੀ ਜੀ ਮਤ ਦੀ ਗੱਲ ਆਉਂਦੀ ਹੈ ਨਾ ਮਤਦਾਨ ਆਪਾਂ ਕਹਿੰਦੇ ਹਾਂ ਉਸਨੂੰ ਉਸਦੇ ਅਧਿਕਾਰ ਨੂੰ ਸੁਣ ਕੇ ਬੜੀ ਖੁਸ਼ੀ ਹੁੰਦੀ ਹੈ ਤੇ ਬਹੁਤ ਸਾਰੇ ਸਾਡੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਸ ਅਧਿਕਾਰ ਨੂੰ ਇਸਤੇਮਾਲ ਕਰਨ ਦੀ ਕਦੇ ਕਦੇ ਸਹੀ ਜਾਂਚ ਨਹੀਂ ਆਉਂਦੀ ਤੇ ਅੱਜ ਦਾ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਹੈ ਇਸਦੇ ਆਲੇ ਦੁਆਲੇ ਘੁੰਮੇਗਾ ਤੇ ਸ਼੍ਰੀ ਵਰਿੰਦਰ ਜੀ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਇਸ ਅਧਿਕਾਰ ਦਾ ਸਹੀ ਤਰੀਕਿਆਂ ਦੇ ਨਾਲ ਇਸਤੇਮਾਲ ਕਿਵੇਂ ਕਰ ਸਕਦੇ ਹਾਂ ਆਪਾਂ ਦੇਖੋ ਮੈਡਮ ਤੁਸੀਂ ਬੜਾ ਪਰਟੀਨੈਂਟ ਇਹ ਸਵਾਲ ਪੁੱਛਿਆ ਕਿ ਇਸ ਅਧਿਕਾਰ ਨੂੰ ਸਹੀ ਤਰੀਕੇ ਨਾਲ ਕਿੱਦਾਂ ਵਰਤਿਆ ਜਾ ਰਿਹਾ ਜੀ ਕਿਉਂਕਿ ਜਦੋਂ ਵੋਟਾਂ ਹੁੰਦੀਆਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਭ ਲਾਲਚ ਦਿੱਤੇ ਜਾਂਦੇ ਆ ਕਈ ਵਾਰ ਜਾਤ ਧਰਮ ਵਰਗ ਦੇ ਨਾਮ 'ਤੇ ਵੀ ਲੋਕਾਂ ਨੂੰ ਕੁਰਾਏ ਪਾਇਆ ਜਾਂਦਾ ਸੋ ਸਹੀ ਤਰੀਕੇ ਤਾਂ ਇਹੀ ਹੈ ਕਿ ਕਿਸੇ ਲੋਭ ਲਾਲਚ ਤੋਂ ਉੱਪਰ ਉੱਠ ਕੇ ਜਾਤ ਧਰਮ ਮਜ਼ਹਬ ਤੋਂ ਉੱਪਰ ਉੱਠ ਕੇ ਇਹ ਦੇਖ ਕੇ ਕਿ ਕਿਹੜੀ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਹੈ ਦੇਸ਼ ਦਾ ਜਿਹੜਾ ਮੁਸਤਕਬਿਲ ਹੈਗਾ ਜਿਹੜਾ ਸਾਡਾ ਫਿਊਚਰ ਹੈ ਉਹਨੂੰ ਸਿਕਿਓਰ ਕਰ ਸਕਦੀ ਹੈ ਸੰਵਿਧਾਨ ਦੇ ਅਨੁਸਾਰ ਆਪਾਂ ਨੂੰ ਨਿਰੋਲ ਇਹੀ ਜਿਹੜਾ ਹੋਣਾ ਚਾਹੀਦਾ ਔਰ ਇਹਨੂੰ ਐਥੀਕਲ ਵੋਟਿੰਗ ਦੇ ਤੌਰ 'ਤੇ ਵੀ ਗਿਣਿਆ ਗਿਆ ਭਾਵ ਕਿ ਚੰਗੇ ਤਰੀਕੇ ਨਾਲ ਸੰਜਮੀ ਤਰੀਕੇ ਨਾਲ ਜਿਹੜੀ ਵੋਟਿੰਗ ਹੋਵੇ ਔਰ ਇਲੈਕਸ਼ਨ ਕਮਿਸ਼ਨ ਇਸ 'ਤੇ ਬੜਾ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਸੋ ਇਸ ਤਰੀਕੇ ਦੀ ਨਿਊਟਰਲ ਵੋਟਿੰਗ ਔਰ ਐਥੀਕਲ ਵੋਟਿੰਗ ਹੋਣੀ ਚਾਹੀਦੀ ਹੈ ਬਿਲਕੁਲ ਜੀ ਔਰ ਜਿਵੇਂ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਵਰਿੰਦਰ ਸ਼ਰਮਾ ਜੀ ਨੇ ਦੱਸਿਆ ਕਿ ਸਾਡੀ ਜਿਹੜੀ ਕਿ ਵੋਟ ਆ ਉਹ ਸਾਡੇ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਿਤ ਕਰਦੀ ਹੈ ਔਰ ਸਾਡੇ ਦੇਸ਼ ਨੂੰ ਸਹੀ ਤੌਰ 'ਤੇ ਤਰੱਕੀ ਦੇ ਉੱਪਰ ਲੈ ਕੇ ਜਾਣ ਦੇ ਲਈ ਉਹ ਲੋਕ ਚੁਣਨੇ ਹੁੰਦੇ ਨੇ ਜਿਹੜੇ ਕਿ ਸਾਡੇ ਦੇਸ਼ ਦੇ ਵਾਸਤੇ ਔਰ ਸਾਡੇ ਹਿੱਤਾਂ ਦੇ ਵਾਸਤੇ ਪਹਿਰੇਦਾਰ ਬਣ ਕੇ ਖੜ ਸਕਣ ਔਰ ਜਦੋਂ 18 ਸਾਲ ਦੇ ਜਿਹੜੇ ਲੋਕ ਹੁਣ ਹੋ ਚੁੱਕੇ ਨੇ ਪਹਿਲੀ ਜਨਵਰੀ ਤੋਂ ਹੁਣ ਤੱਕ ਜਿਹੜੇ ਜਿਹਨਾਂ ਦੀ ਵੋਟ ਨਹੀਂ ਬਣੀ ਔਰ ਚੋਣ ਕਮਿਸ਼ਨ ਤਾਂ ਲਗਾਤਾਰ ਕਹਿੰਦਾ ਤੁਹਾਡੇ ਵੱਲੋਂ ਵੀ ਨਿਰਦੇਸ਼ ਹੁੰਦੇ ਨੇ ਕਿ ਵੋਟ ਬਣਾਓ ਵੋਟ ਬਣਾਓ ਹੁਣ ਉਹ ਆਪਣੀ ਵੋਟ ਕਿਵੇਂ ਬਣਾ ਸਕਦੇ ਨੇ ਜੋਗੀ ਸਾਹਿਬ ਇਸ ਤਰ੍ਹਾਂ ਹੈ ਕਿ ਅਸੀਂ ਹਰ ਸਾਲ ਇੱਕ ਸਪੈਸ਼ਲ ਮੁਹਿੰਮ ਚਲਾਉਂਦੇ ਹਾਂ ਵੋਟਾਂ ਬਣਾਉਣ ਦੇ ਲਈ ਇਸ ਵਾਰ ਵੀ ਜਿਹੜੀ ਸਪੈਸ਼ਲ ਮੁਹਿੰਮ ਸੀ ਉਹ 31 ਅਕਤੂਬਰ ਤੱਕ ਅਸੀਂ ਫਾਰਮ ਲਿੱਤੇ ਔਰ 31 ਜਨਵਰੀ ਨੂੰ ਅਸੀਂ ਵੋਟਰ ਲਿਸਟ ਹੈ ਜਿਹੜੀ ਉਹ ਨਸ਼ਰ ਕਰਤੀ ਹੈਗੀ ਹੈ ਜੀ ਔਰ ਇਹਦੇ ਵਿੱਚ ਜਿਹੜੇ ਬੱਚਿਆਂ ਦਾ ਜਨਮ 1 ਜਨਵਰੀ 2001 ਜਾਂ ਉਸ ਤੋਂ ਪਹਿਲਾਂ ਹੋਇਆ ਸੀ ਭਾਵ ਜਿਹੜੇ ਕਿ 1 ਜਨਵਰੀ 2019 ਨੂੰ 18 ਸਾਲ ਦੇ ਹੋ ਗਏ ਨੇ ਉਹ ਵੋਟ ਪਾਉਣ ਦੇ ਹੱਕਦਾਰ ਨੇ ਔਰ ਉਹ ਆਪਦੀ ਵੋਟ ਬਣਾ ਸਕਦੇ ਨੇ ਬਟ ਜਿਹੜੇ ਬੱਚੇ ਮੰਨ ਲਓ ਜਿਹੜੇ ਨੌਜਵਾਨ ਜਿਨ੍ਹਾਂ ਨੇ ਕਿ ਕਿਸੇ ਵਜ੍ਹਾ ਕਰਕੇ ਫਾਰਮ ਨਹੀਂ ਭਰ ਸਕੇ ਉਹਨਾਂ ਦੇ ਲਈ ਇਹ ਕੰਟੀਨਿਊਸ ਅਪਡੇਸ਼ਨ ਪ੍ਰੋਸੈਸ ਅਸੀਂ ਕਹਿੰਦੇ ਹਾਂ ਭਾਵ ਲਗਾਤਾਰ ਵੋਟਾਂ ਬਣਨ ਦਾ ਪ੍ਰੋਸੈਸ ਉਹਦੇ ਲਈ ਉਹ ਹੁਣ ਵੀ ਫਾਰਮ ਭਰ ਕੇ ਜਿਹੜੀ ਹੈਗੀ ਆ ਆਪਦੀ ਵੋਟ ਬਣਾ ਸਕਦੇ ਨੇ ਜੀ ਵਰਿੰਦਰ ਜੀ ਫਾਰਮ ਕਿੱਥੋਂ ਅਵੇਲੇਬਲ ਹੋਏਗਾ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਉਹ ਕਿਸ ਜਗ੍ਹਾ ਤੋਂ ਫਾਰਮ ਲੈ ਸਕਦੇ ਨੇ ਅਤੇ ਨਾਲ ਇੱਕ ਮੈਂ ਹੋਰ ਸਵਾਲ ਜੋੜਦੀ ਹਾਂ ਕਿ ਕੁਝ ਲੋਕਾਂ ਦਾ ਜਿਹੜਾ ਐਡਰੈਸ ਹੈ ਜਿਹੜਾ ਪਤਾ ਹੈ ਘਰ ਦਾ ਉਹ ਬਦਲ ਜਾਂਦਾ ਹੈ ਖਾਸ ਤੌਰ 'ਤੇ ਸ਼ਹਿਰੀ ਖੇਤਰਾਂ ਦੇ ਵਿੱਚ ਉਹਨਾਂ ਨੇ ਜੇ ਪਤਾ ਆਪਣਾ ਚੇਂਜ ਕਰਨਾ ਹੈ ਉਹੀ ਫਾਰਮ ਚੱਲੇਗਾ ਜਾਂ ਉਹਦੇ ਲਈ ਕੋਈ ਅਲੱਗ ਫਾਰਮ ਹੋਏਗਾ ਤੁਸੀਂ ਵਰਨ ਜੀ ਬੜਾ ਸਵਾਲ ਸਹੀ ਪੁੱਛਿਆ ਕਿਉਂਕਿ ਮੈਂ ਆਪ ਦੇਖਿਆ ਮੇਰੀਆਂ ਰਿਸ਼ਤੇਦਾਰੀਆਂ 'ਚ ਕਈ ਵਾਰੀ ਬੱਚੇ ਪੁੱਛਦੇ ਹੈ ਕਿ ਜੀ ਵੋਟ ਬਣਾਉਣਾ ਚਾਹੁੰਦੇ ਹਾਂ ਬਣਾਈਏ ਕਿਵੇਂ ਜੀ ਇਹਦੇ ਲਈ ਦੇਖੋ ਇਲੈਕਸ਼ਨ ਕਮਿਸ਼ਨ ਨੇ 2-3 ਤਰੀਕੇ ਦਿੱਤੇ ਆ ਬੜਾ ਸੌਖਾ ਕੰਮ ਹੈ ਪਹਿਲਾ ਤਾਂ ਜਿਹੜਾ ਟ੍ਰੈਡੀਸ਼ਨਲ ਪੁਰਾਣਾ ਤਰੀਕਾ ਹੈਗਾ ਉਸ 'ਚ ਇਹ ਹੈ ਵੀ ਤੁਸੀਂ ਫਾਰਮ ਭਰਦੇ ਹੋ ਫਾਰਮ ਨੰਬਰ 6 ਕਹਿੰਦੇ ਆ ਵੋਟ ਬਣਾਉਣ ਦੇ ਲਈ ਹੁਣ ਲੋਕਾਂ ਦੇ ਮਨਾਂ 'ਚ ਸਵਾਲ ਹੋਏਗਾ ਕਿ ਵੀ ਇਹ ਫਾਰਮ ਲਈਏ ਕਿੱਥੋਂ ਜੀ
ਉਹਦਾ ਤਰੀਕਾ ਇਹ ਹੈ ਵੀ ਤੁਹਾਡੇ ਏਰੀਏ ਦੇ ਵਿੱਚ ਹਰ ਇੱਕ ਬੂਥ 'ਤੇ ਅਸੀਂ ਬੂਥ 'ਤੇ 1,000-1,200 ਵੋਟਰ ਹੁੰਦੇ ਆ, ਅਸੀਂ ਬੂਥ ਲੈਵਲ ਔਫਿਸਰ ਲਗਾਏ ਆ, ਕੋਈ ਗਵਰਨਮੈਂਟ ਮੁਲਾਜ਼ਮ ਹੁੰਦਾ, ਤੁਸੀਂ ਉਹਨੂੰ ਪਹੁੰਚ ਕਰੋ, ਉਸ ਤੋਂ ਉਹ ਜਿਹੜਾ ਫਾਰਮ ਲੈ ਕੇ ਭਰੋ ਜੀ। ਹੁਣ ਦੂਜਾ ਸਵਾਲ ਆਏਗਾ ਵੀ ਸਾਨੂੰ ਤਾਂ BLO ਨਹੀਂ ਜੀ ਪਤਾ ਸਾਡੇ ਏਰੀਏ ਦਾ ਜੀ, ਉਹਦੇ ਲਈ ਸਾਡਾ ਇੱਕ NVSP ਪੋਰਟਲ ਬਣਿਆ ਜਿਹਦਾ ਕਿ ਮੈਂ ਵੈਬਸਾਈਟ www.nvsp.in ਜੀ, ਨੈਸ਼ਨਲ ਵੋਟਰ ਸਰਵਿਸ ਪੋਰਟਲ ਜੀ, ਉੱਥੇ ਜਾ ਕੇ ਤੁਸੀਂ ਜਿਹੜਾ ਇਹ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਆਪਦੇ ਏਰੀਏ ਦਾ BLO ਦਾ ਨਾਮ, ਉਹਦਾ ਮਹਿਕਮਾ ਕਿਸ ਅਹੁਦੇ 'ਤੇ ਲੱਗਿਆ, ਉਹਦਾ ਫੋਨ ਨੰਬਰ ਮਿਲ ਜਾਏਗਾ ਜੀ। ਪਹਿਲਾ ਤਰੀਕਾ ਇਹ ਹੈ। ਜੇ ਤੁਹਾਨੂੰ ਫਿਰ ਵੀ ਦਿੱਕਤ ਆਉਂਦੀ ਹੈ ਜਾਂ ਤੁਹਾਡਾ BLO ਨਹੀਂ ਮਿਲਦਾ ਹੈ, ਫੋਨ ਨਹੀਂ ਮਿਲਦਾ, ਤਾਂ ਤੁਹਾਡੇ ਏਰੀਏ ਦਾ ਇਲੈਕਟੋਰਲ ਰਜਿਸਟ੍ਰੇਸ਼ਨ ਆਫਿਸਰ, ਜੋ ਕਿ ਆਮ ਤੌਰ 'ਤੇ ਕੋਈ PCS ਪੱਧਰ ਦੇ ਅਧਿਕਾਰੀ ਹੁੰਦੇ ਨੇ ਜੀ, ਜਿਹੜੇ ਕਿ ਤੁਹਾਡੇ ਏਰੀਏ ਦੇ SDM ਹੋ ਸਕਦੇ ਨੇ ਜੀ, ਉਹਨਾਂ ਦੇ ਏਰੀਏ 'ਚ ਜਾ ਕੇ ਇਹਦਾ ਪਤਾ ਲੈ ਸਕਦੇ ਹੋ। ਬਟ ਜੇ ਫਿਰ ਵੀ ਤੁਹਾਡੀ ਹੈਲਪ ਨਹੀਂ ਹੁੰਦੀ ਤਾਂ NVSP ਜਿਹੜਾ ਮੈਂ ਪੋਰਟਲ ਦੱਸਿਆ, ਦੂਜੀ ਵਾਰੀ ਮੈਂ ਦੂਰੀ ਵਾਰੀ ਜਾਣ ਬੁੱਝ ਕੇ ਰਿਪੀਟ ਕਰ ਰਿਹਾ, www.nvsp.in, ਇਸ 'ਤੇ ਜਾ ਕੇ ਤੁਸੀਂ ਔਨਲਾਈਨ ਵੀ ਆਪਦਾ ਜਿਹੜਾ ਵੋਟ ਬਣਾਉਣ ਦੇ ਲਈ ਫਾਰਮ ਦੇ ਸਕਦੇ ਹੋ। ਤੁਹਾਡੇ ਮੋਬਾਈਲ 'ਤੇ ਰਜਿਸਟ੍ਰੇਸ਼ਨ ਨੰਬਰ ਆਏਗਾ ਔਰ ਉਸ ਰਜਿਸਟ੍ਰੇਸ਼ਨ ਦੇ ਨਾਲ ਆਟੋਮੈਟਿਕਲੀ ਤੁਹਾਡੀ ਜਿਹੜੀ ਵੋਟ ਬਣ ਜਾਏਗੀ। ਜਿਹੜਾ ਇਸ ਤੋਂ ਅਗਲਾ ਸਵਾਲ ਲੋਕਾਂ ਦੇ ਜ਼ਿਹਨ 'ਚ ਆਉਂਦਾ ਹੈ ਕਿ ਵੀ ਦੇਖੋ ਜੀ, ਹੁਣ ਕੰਟੀਨਿਊਸ ਅਪਡੇਸ਼ਨ ਹੈ, ਆਰਾਮ ਨਾਲ ਬਣਾ ਲਾਂਗੇ, ਕਦੋਂ ਤੱਕ ਬਣਾ ਸਕਦੇ? ਹਾਂਜੀ ਜੀ ਜੀ, ਇਹਦਾ ਤਾਂ ਦੇਖੋ ਨਿਯਮ ਇਹ ਹੈ ਵੀ ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਣਗੇ ਔਰ ਜਿਸ ਦਿਨ ਆਖਰੀ ਦਿਨ ਹੋਏਗਾ ਨੋਮੀਨੇਸ਼ਨ ਲੈਣ ਦਾ, ਉਸ ਦਿਨ ਤੱਕ ਵੋਟਰ ਜਿਹੜਾ ਹੈਗਾ ਆਪਦੀ ਵੋਟ ਬਣਾ ਸਕਦਾ ਹੈਗਾ ਜੀ। ਸੋ ਵੋਟਾਂ ਬਣਨ ਦਾ ਇੱਕ ਪ੍ਰੋਸੈਸ ਕੰਟੀਨਿਊਸ ਹੈ, ਪਰ ਮੇਰੀ ਸਲਾਹ ਇਹ ਹੈ ਕਿ ਜੋ ਆਮ ਤੌਰ 'ਤੇ ਐਕਸਪੈਕਟ ਕੀਤਾ ਜਾ ਰਿਹਾ ਕਿ ਮਾਰਚ ਦੇ ਵਿੱਚ, ਜਿਵੇਂ 2014 ਦੇ ਵਿੱਚ 4 ਜਾਂ 5 ਮਾਰਚ ਨੂੰ ਇਲੈਕਸ਼ਨ ਡਿਕਲੇਅਰ ਹੋਈ ਸੀ, ਤਾਂ ਉਦੋਂ ਇਲੈਕਸ਼ਨ ਡਿਕਲੇਅਰ ਹੋਣ ਦੀ ਸੰਭਾਵਨਾ ਹੈ, ਤਾਂ ਉਸ ਤੋਂ ਪਹਿਲਾਂ ਜਲਦੀ ਤੋਂ ਜਲਦੀ ਵੋਟ ਬਣਾਓ, ਪਰ ਜੇ ਕੋਈ ਲੇਟ ਹੋ ਜਾਵੇ ਬਾਹਰ ਕੋਈ ਨਹੀਂ ਹੈਗੀ। ਦੂਜਾ ਸਵਾਲ ਤੁਹਾਡਾ ਇਹ ਸੀ ਕਿ ਜੇ ਜਿਵੇਂ ਕੋਈ ਕਿਰਾਏਦਾਰ ਹੈ ਜਾਂ ਬਦਲੀ ਹੋ ਗਈ ਮੁਲਾਜ਼ਮ, ਤਾਂ ਉਹ ਵੋਟ ਕਿੱਦਾਂ ਬਣਾਵੇ ਨਵੀਂ ਥਾਂ 'ਤੇ? ਉਹਦੇ ਲਈ ਜਿਹੜਾ ਫੋਰਮ ਹੈਗਾ ਟ੍ਰਾਂਸਪੋਜੀਸ਼ਨ ਅਸੀਂ ਉਹਨੂੰ ਕਹਿੰਦੇ ਹਾਂ, ਅਗਰ ਵਿਦਿਨ ਦਾ ਸੇਮ ਕੌਂਸਟੀਚੁਐਂਸੀ ਤੁਸੀਂ ਹੈਗੇ ਹੋ, ਮੰਨ ਲਓ ਜਲੰਧਰ ਦਾ ਬੰਦਾ ਜਲੰਧਰ 'ਚ ਹੀ ਸ਼ਿਫਟ ਹੋ ਗਿਆ ਸਾਡੇ ਜ਼ਿਲ੍ਹੇ 'ਚ ਹੀ, ਤਾਂ ਉਹਦੇ ਲਈ ਫੋਰਮ 8A ਭਰਨਾ ਪੈਂਦਾ, ਬੋਥ ਔਨਲਾਈਨ ਜਾਂ ਆਫਲਾਈਨ ਉਹ ਭਰ ਸਕਦਾ, ਜਿਵੇਂ ਮੈਂ ਪਹਿਲਾਂ ਪ੍ਰੋਸੈਸ ਦੱਸਿਆ ਜੀ, ਉਹ ਭਰ ਕੇ, ਬਾਕੀ ਤੁਹਾਨੂੰ ਫਾਰਮੈਲਿਟੀ ਦੀ ਲੋੜ ਨਹੀਂ, ਆਪਦੇ ਆਪ ਵੋਟ ਤੁਹਾਡੀ ਸ਼ਿਫਟ ਹੋ ਜਾਏਗੀ। ਜੇ ਬੰਦਾ ਜਿਹੜਾ ਹੈਗਾ ਮੰਨ ਲਓ ਕਿ ਕੌਂਸਟੀਚੁਐਂਸੀ ਤੋਂ ਬਾਹਰ ਚਲਾ ਗਿਆ, ਤਾਂ ਨਵੀਂ ਕੌਂਸਟੀਚੁਐਂਸੀ ਦੇ ਵਿੱਚ ਜਾਂ ਤਾਂ ਤੁਸੀਂ ਪੋਰਟਲ 'ਤੇ ਜਾਂ ERO ਕੋਲੇ ਜਾਂ BLO ਕੋਲੇ ਨਵਾਂ ਫਾਰਮ ਨੰਬਰ 6 ਭਰੋਂਗੇ। ਉਹਨਾਂ ਦੀ ਖੁਦ ਦੀ ਜ਼ਿੰਮੇਵਾਰੀ ਹੈ ਕਿ ਪਿਛਲੇ ERO ਕੋਲੇ ਸੂਚਿਤ ਕਰਕੇ ਤੁਹਾਡੀ ਵੋਟ ਕਟਾਉਣਗੇ ਅਤੇ ਤੁਹਾਡੀ ਨਵੀਂ ਵੋਟ ਜਿਹੜੀ ਬਣ ਜਾਏਗੀ। ਸੋ ਪ੍ਰੋਸੈਸ ਬੜਾ ਸਿੰਪਲ ਹੈ ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਦੀ ਵੋਟ ਬਣਾਓ। ਬਿਲਕੁਲ ਜੀ, ਜ਼ਰੂਰੀ ਹੈ ਕਿ ਵੋਟ ਬਣਾਉਣੀ ਚਾਹੀਦੀ ਹੈ, ਕਿਉਂਕਿ ਇਸ ਵੋਟ ਦੇ ਨਾਲ ਹੀ ਅਸੀਂ ਆਪਣੇ ਦੇਸ਼ ਦੇ ਉਹ ਰਹਿਨੁਮਾ ਚੁਣਨੇ ਨੇ ਜਿਨ੍ਹਾਂ ਨੇ ਨੀਤੀਆਂ ਘੜਨੀਆਂ ਨੇ ਸਾਡੇ ਵਾਸਤੇ, ਸਾਡੇ ਦੇਸ਼ ਦੇ ਵਾਸਤੇ। ਜੇਕਰ ਅਸੀਂ ਚੰਗੇ ਲੋਕਾਂ ਨੂੰ ਚੁਣਨਾ ਤਾਂ ਸਾਡੇ ਕੋਲ ਵੋਟ ਦਾ ਇਹ ਅਧਿਕਾਰ ਬਹੁਤ ਹੀ ਅਹਿਮ ਅਧਿਕਾਰ ਹੈ ਔਰ ਹੋਣਾ ਜ਼ਰੂਰ ਚਾਹੀਦਾ, ਜ਼ਰੂਰ ਵੋਟਾਂ ਬਣਾਉਣੀਆਂ ਚਾਹੀਦੀਆਂ ਨੇ। ਔਰ ਜੇਕਰ ਆਪਾਂ ਕਿਸੇ ਦੇ ਨਾਮ ਦੇ ਵਿੱਚ ਕੋਈ ਗਲਤੀ ਹੈ, ਕੋਈ ਖਾਮੀ ਰਹਿ ਜਾਂਦੀ ਹੈ, ਉਹਨੂੰ ਚੇਂਜ ਕਰਨਾ ਹੋਵੇ, ਹਲਕੀ ਜੇ ਕੋਈ ਦਰੁਸਤ ਕਰਨੀ ਹੋਵੇ, ਤਾਂ ਉਹਦੇ ਵਾਸਤੇ ਵੀ ਕਿ ਆਪਾਂ ਪੋਰਟਲ 'ਤੇ ਕਰ ਸਕਦੇ ਹਾਂ ਜਾਂ ਫਿਰ BLO ਹੀ ਕਰੇਗਾ? ਬਿਲਕੁਲ, ਉਹਦੇ ਲਈ ਦੋਨੇ ਹੀ ਪ੍ਰੋਸੈਸ ਹਰ ਕੰਮ ਲਈ ਅਵੇਲੇਬਲ ਨੇ ਜੀ। ਜੀ, ਅਗਰ ਕਿਸੇ ਦੇ ਨਾਮ 'ਚ ਮੰਨ ਲਓ ਗਲਤੀ ਰਹਿ ਗਈ ਹੈ ਜਾਂ ਕਈ ਵਾਰੀ ਡੇਟ ਆਫ ਬਰਥ ਦੀ ਗਲਤੀ ਹੋ ਜਾਂਦੀ ਹੈ ਜਾਂ ਕਈ ਵਾਰੀ ਇਹ ਹੈ ਵੀ ਪੰਜਾਬੀ 'ਚ ਹੋਰ ਸਪੈਲਿੰਗਸ ਲਿਖੇ ਨੇ ਜੋ ਕਿ ਬੰਦੇ ਦੇ ਹੈ ਨਹੀਂ, ਜਿਵੇਂ ਮਨਜੀਤ ਹੈ, EE ਵੀ ਲਿਖ ਸਕਦਾ, IE ਵੀ ਲਿਖ ਸਕਦਾ। ਜੀ ਜੀ ਜੀ, ਅਗਰ ਇਹ ਤੁਹਾਡੇ ਮਤਲਬ ਮੇਲ ਨਹੀਂ ਖਾਂਦਾ ਹੈਗਾ ਤਾਂ ਤੁਸੀਂ ਇਹਦਾ ਫਾਰਮ ਨੰਬਰ 8 ਹੈ ਜਿਹਨੂੰ ਦਰੁਸਤੀ ਦਾ ਫਾਰਮ ਕਹਿੰਦੇ ਹੈ, ਉਹ ਤੁਸੀਂ ਔਨਲਾਈਨ ਵੀ ਭਰ ਸਕਦੇ ਹੋ, BLO ਕੋਲ ਵੀ ਜਾ ਸਕਦੇ ਹੋ। ਔਰ ਇੱਕ ਗੱਲ ਮੈਂ ਦੱਸਣਾ ਭੁੱਲ ਗਿਆ ਸੀ ਵੀ ਜੇ ਸਾਰੇ ਚੈਨਲਾਂ 'ਚ ਤੁਹਾਨੂੰ ਰਾਹਤ ਨਹੀਂ ਮਿਲਦੀ ਤਾਂ ਤੁਸੀਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸੰਪਰਕ ਕਰੋ, ਜਾਂ ਅਸੀਂ ਇੱਕ ਹੈਲਪਲਾਈਨ ਨੰਬਰ ਹਰ ਜ਼ਿਲ੍ਹੇ ਦਾ ਚਲਾਇਆ 1950 1950 ਉਸ 'ਤੇ ਤੁਸੀਂ ਕਰੋ, ਤੁਹਾਨੂੰ ਕੋਈ ਵੀ ਜੋ ਵੀ ਤੁਹਾਨੂੰ ਹੈਲਪ ਦੀ ਲੋੜ ਹੈ ਉੱਥੇ ਮਿਲੇਗੀ। ਬਿਲਕੁਲ ਜੀ, ਹੈਲਪਲਾਈਨ ਤੁਸੀਂ ਆਪਣੇ TV ਸਕਰੀਨ 'ਤੇ ਵੀ ਦੇਖ ਸਕਦੇ ਹੋ, ਹੈਲਪਲਾਈਨ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹਦੇ ਉੱਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੋਟ ਦੇ ਸੰਬੰਧ ਦੇ ਵਿੱਚ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਸ਼ਰਮਾ ਜੀ, ਜਿਹੜੀ ਹੈਲਪਲਾਈਨ ਹੈ 24 ਘੰਟੇ ਖੁੱਲ੍ਹੀ ਰਹੇਗੀ? ਹਾਂਜੀ, ਅੱਜ ਕੱਲ੍ਹ ਜਦੋਂ ਤੱਕ ਇਲੈਕਸ਼ਨ ਡਿਕਲੇਅਰ ਨਹੀਂ ਹੋਈ ਹੈ ਉਦੋਂ ਇਹ 9 to 5 ਖੁੱਲ੍ਹੀ ਹੈ ਜੀ, ਜਦੋਂ ਇਲੈਕਸ਼ਨ ਡਿਕਲੇਅਰ ਹੋ ਜਾਣਗੇ ਤਾਂ ਇਹ 24 ਘੰਟੇ ਜਿਹੜੀ ਹੈਗੀ ਹੈ ਖੁੱਲ੍ਹੀ ਰਹੇਗੀ। ਜੀ ਜੀ, ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਕਿ ਸਾਰਾ ਕੁਝ ਹੋ ਗਿਆ ਪਰ ਕਿਸੇ ਕਾਰਨ ਦੇ ਕਰਕੇ ਉਹ ਜਿਹੜੀ ਅਸੀਂ ਵੋਟ ਆ ਉਹ ਦਰੁਸਤ ਨਹੀਂ ਕਰਵਾ ਸਕੇ, ਮਨਜੀਤ ਕੁਮਾਰ ਦੀ ਜਗ੍ਹਾ ਮਨਜੀਤ ਕੌਰ ਲਿਖਿਆ ਗਿਆ, ਵੋਟਰ ਕਾਰਡ ਦੇ ਉੱਪਰ ਫੋਟੋ ਉਹਦੀ ਲੱਗੀ ਹੋਈ ਆ, ਲਿਸਟ ਦੇ ਵਿੱਚ ਵੀ ਸੇਮ ਬਣਿਆ ਹੋਇਆ, ਕੀ ਉਹ ਬੰਦਾ ਵੋਟ ਪਾ ਸਕਦਾ? ਨਹੀਂ, ਅਗਰ ਉਹਦੇ ਨਾਮ 'ਚ ਕੋਈ ਗਲਤੀ ਹੈ ਬਟ ਉਹਦੇ ਕੋਲ ਵੋਟਰ ਆਈਡੈਂਟੀ ਕਾਰਡ ਹੈਗਾ ਜੀ, ਔਰ ਅਸੀਂ ਉਸ ਵੇਲੇ ਕੁਝ ਹੋਰ ਡਾਕੂਮੈਂਟਸ ਵੀ ਕਈ ਵਾਰ ਅਲਾਓ ਕਰਦੇ ਹਾਂ, ਦਿਸ਼ਾ ਨਿਰਦੇਸ਼ ਹੁੰਦੇ ਆ, ਰਾਸ਼ਨ ਕਾਰਡ ਹੋ ਗਿਆ,
ਜਾਂ ਫਿਰ ਇਹ ਹੈ ਵੀ ਉਸ ਵੇਲੇ ਅਸੀਂ ਘਰੋਂ ਘਰੀ ਵੋਟਰ ਸਲਿੱਪਾਂ ਵੀ ਵੰਡਦੇ ਹਾਂ ਜੀ। ਜੇ ਬੰਦੇ ਕੋਲ ਵੋਟਰ ਸਲਿੱਪਾਂ ਹੈਗੀਆਂ ਔਰ ਉਹ ਜੈਨੂਇਨ ਵੋਟਰ ਹੈ ਪਰ ਸਾਡੀ ਗਲਤੀ ਕਰਕੇ ਉਹਦੇ ਨਾਮ 'ਚ ਕੋਈ ਫਰਕ ਰਹਿ ਗਿਆ ਤਾਂ ਉਹਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਅਸੀਂ ਖੋ ਸਕਦੇ। ਇਹ ਬੰਦੇ ਦੀ ਆਪਦੀ ਸੁਵਿਧਾ ਲਈ ਹੈ। ਕਈ ਵਾਰੀ ਮੰਨ ਲਓ ਕਿਤੇ ਐਡਮਿਸ਼ਨ ਲੈਣੀ ਹੈ, ਕਿਤੇ ਪਾਸਪੋਰਟ ਬਣਾਉਣਾ ਹੈ, ਕਿਤੇ ਕਾਸਟ ਸਰਟੀਫਿਕੇਟ ਬਣਾਉਣਾ, ਉਸ ਦੀ ਦਰੁਸਤੀ ਤਾਂ ਜ਼ਰੂਰੀ ਹੈ ਤਾਂ ਕਿ ਬੰਦੇ ਨੂੰ ਖੁਦ ਨੂੰ ਕੋਈ ਪ੍ਰੋਬਲਮ ਨਾ। ਬਿਲਕੁਲ ਜੀ, ਯਾਨੀ ਕਿ ਇਹ ਦਰੁਸਤ ਜ਼ਰੂਰ ਕਰਵਾਉਣਾ ਚਾਹੀਦਾ, ਸਾਨੂੰ ਕਿਤੇ ਵੀ ਲੋੜ ਪੈ ਸਕਦੀ ਹੈ। ਫੋਨ ਕਾਲ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਗੱਲਾਂ ਤੇ ਗੀਤ ਵਿੱਚ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਮੈਂ ਗੁਲਾਬ ਸਿੰਘ ਬੋਲਦਾ ਜੀ, ਬਿੰਡੇ ਤੋਂ ਜੀ। ਜੀ ਹਾਂਜੀ ਜੀ। ਸੰਗਰਾਮ ਜੀ ਆਪਣਾ ਸਵਾਲ ਸਾਂਝਾ ਕਰੋ ਜੀ। ਗਾਹ ਮੂਹਰੇ, ਹਾਂ ਮੂਹਰੇ ਆਈ ਪੀ ਇਲੈਕਸ਼ਨ ਹੋ ਰਹੇ ਜੀ। ਵਿਸ਼ਾ ਆਪਣਾ ਬਹੁਤ ਵਧੀਆ ਜੀ ਕਿ ਉਹ ਦੇਸ਼ ਦਾ ਭਵਿੱਖ ਬਣਨਾ ਹੈ ਜੀ। ਜੀ ਹਾਂਜੀ, ਤੇ ਇਹ ਮੇਰੀ ਬੇਨਤੀ ਹੈ, ਜਿਹੜਾ ਵੋਟਾਂ ਪਾਉਂਦੇ ਆ ਲੋਕ ਜੀ, ਉਦੋਂ ਪਹਿਲਾਂ ਜਾ ਕੇ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕਤਾ ਕੀਤੀ ਜਾਵੇ ਜੀ, ਤਾਂ ਕਿ ਪਤਾ ਲੱਗ ਜਾਵੇ ਵੀ ਆਪਾਂ ਸਹੀ ਵੋਟ ਕਿਵੇਂ ਪਾਉਣੀ। ਕਈ ਲੋਕਾਂ ਨੂੰ ਵੋਟ ਆ ਜੀ ਆਪਾਂ ਬੈਲਟ ਪੇਪਰ ਰਾਹੀਂ ਪਾਉਣੇ ਆ ਜੀ, ਜੀ ਤੇ ਉਹ ਬੈਲਟ ਪੇਪਰ ਰਾਹੀਂ ਜੀ ਬੂਥੇ ਹੀ ਲਾ ਦਿੰਦੇ ਆ ਜੀ, ਕਿ ਉਹਨਾਂ ਨੂੰ ਵੀ ਨਹੀਂ ਪਤਾ ਵੀ ਜੇ ਮਸ਼ੀਨਾਂ ਰਾਹੀਂ ਪਾਉਣੇ ਆ ਜੀ, ਸਹੀ ਬਟਨ ਵੀ ਨਹੀਂ ਪਾਇਆ ਜਾਂਦਾ, ਤਾਂ ਕਰਕੇ ਕਈ ਲੋਕ ਨਸ਼ਿਆਂ ਦੇ ਵਿੱਚ ਤੇ ਕਈ ਲੋਕ ਪੈਸੇ ਦੇ ਲਾਲਚ ਵਿੱਚ ਵੋਟਾਂ ਪਾ ਦਿੰਦੇ ਆ ਜੀ, ਇਹਦੇ ਕੈਂਪ ਲਾ ਕੇ ਸਰ। ਜੀ ਸ਼ੁਕਰੀਆ ਜੀ, ਇਹਨਾਂ ਨੇ ਗੱਲ ਕੀਤੀ ਜਾਗਰੂਕ ਕਰਨ ਦੀ ਵੋਟਰ ਨੂੰ। ਅਸੀਂ ਵੋਟਰ ਨੂੰ ਜਾਗਰੂਕ ਕਿਵੇਂ ਕਰਦੇ ਹਾਂ, ਡਿਪਾਰਟਮੈਂਟ ਵੱਲੋਂ ਚੋਣ ਕਮਿਸ਼ਨ ਵੱਲੋਂ ਕਿੱਦਾਂ ਅਸੀਂ ਇਹ ਵੋਟਰਾਂ ਨੂੰ ਜਾਗਰੂਕ ਕਰਦੇ ਹਾਂ, ਉਹਦੇ ਸੰਬੰਧ ਵਿੱਚ ਕੋਈ ਜਾਣਕਾਰੀ ਚਾਹੁੰਦੇ ਨੇ? ਜੋਗੀ ਜੀ, ਇਹ ਗੁਰਨਾਮ ਸਿੰਘ ਜੀ ਹੋਰਾਂ ਦਾ ਬੜਾ ਬੜਾ ਪਰਟੀਨੈਂਟ ਇਹਨਾਂ ਨੇ ਕੋਈ ਸੁਝਾਅ ਦਿੱਤੇ ਨੇ ਜੀ। ਪਰ ਇਲੈਕਸ਼ਨ ਕਮਿਸ਼ਨ ਦੇਖੋ ਐਸਾ ਹੈਗਾ, 24 ਘੰਟੇ ਔਰ 365 ਦਿਨ ਜੀ ਲਗਾਤਾਰ ਕੰਮ ਚੱਲਦਾ ਰਹਿੰਦਾ, ਤਾਂ ਅਸੀਂ 5 ਸਾਲਾਂ 'ਚ ਤਿਆਰੀ ਕਰਦੇ ਹਾਂ। ਇਲੈਕਸ਼ਨ ਕਮਿਸ਼ਨ ਦਾ ਇਸ ਗੱਲ 'ਤੇ ਸਪੈਸ਼ਲ ਫੋਕਸ ਹੈ, ਖਾਸ ਕਰ ਸਾਡੇ ਮਾਣਯੋਗ ਮੁੱਖ ਜਿਹੜੇ ਚੋਣ ਅਧਿਕਾਰੀ ਨੇ ਪੰਜਾਬ ਦੇ, CEO ਸਾਹਿਬ ਡਾਕਟਰ ਐਸ ਕਰਨਾ ਰਾਜੂ ਜੀ, ਉਹਨਾਂ ਵੱਲੋਂ ਸਖ਼ਤ ਨਿਰਦੇਸ਼ ਨੇ। ਅਸੀਂ ਆਲਰੇਡੀ 15 ਦਿਨ ਪਹਿਲਾਂ ਜਿਹੜਾ ਹੈਗਾ ਪਹਿਲੀ ਫਰਵਰੀ ਤੋਂ ਹੀ ਜਾਗਰੂਕਤਾ ਕੈਂਪ ਸ਼ੁਰੂ ਕਰਤੇ ਹੈ ਔਰ ਹਰ ਪਿੰਡ ਹਰ ਬੂਥ 'ਤੇ ਅਸੀਂ ਵੋਟਰ, ਇੱਕਦਮ ਇਹ ਸਪਸ਼ਟ ਕਰ ਦੇਵਾਂਗੇ, ਇਸ ਵਾਰ ਦੀ ਚੋਣ ਜਿਹੜੀ ਹੈਗੀ ਹੈ ਬੈਲਟ ਪੇਪਰ ਨਾਲ ਨਹੀਂ ਹੋਣੀ ਹੈ, ਚੋਣ ਜਿਹੜੀ ਹੋਣੀ ਹੈ ਉਹ VVPAT ਮਸ਼ੀਨ ਔਰ EVM ਦੇ ਨਾਲ ਹੋਣੀ ਹੈ। ਸੋ ਉਹਦੇ ਅਸੀਂ ਜਾਗਰੂਕਤਾ ਕੈਂਪ ਬਹੁਤ ਜ਼ਿਆਦਾ ਲਗਾ ਰਹੇ ਹਾਂ। ਦੂਜਾ ਸਾਡਾ ਜਿਹੜਾ ਸਵੀਪ ਪ੍ਰੋਗਰਾਮ ਹੈ ਉਹ ਲਗਾਤਾਰ 5 ਸਾਲ 365 ਦਿਨ ਚੱਲਦਾ ਰਹਿੰਦਾ ਹੈਗਾ, ਜਿਹਦੇ 'ਚ ਕਿ ਅਸੀਂ ਵੋਟਰਸ ਨੂੰ ਸਿਸਟਮੈਟਿਕਲੀ ਜਾਗਰੂਕ ਕਰਨ ਦੇ ਲਈ ਸਵੀਪ ਪ੍ਰੋਗਰਾਮ ਚਲਾਉਂਦੇ ਹਾਂ, ਸਿਸਟਮੈਟਿਕ ਵੋਟਰ ਅਵੇਅਰਨੈਸ ਜਿਹੜਾ ਸਾਡਾ ਪ੍ਰੋਗਰਾਮ ਹੈਗਾ। ਔਰ ਜਿੱਦਾਂ ਸਰਦਾਰ ਗੁਰਨਾਮ ਸਿੰਘ ਹੋਰਾਂ ਨੇ ਕਿਹਾ, ਮਤਲਬ ਇਹਦੀ ਦੇਖੋ ਅੰਤ ਕੋਈ ਨਹੀਂ ਹੈ, ਜਿੰਨੀ ਜਾਗਰੂਕਤਾ ਫੈਲਾ ਲਈਏ ਉੱਨੀ ਵਧੀਆ। ਇਹਨਾਂ ਸੁਝਾਅ ਬੜਾ ਅੱਛਾ, ਅਸੀਂ ਹੋਰ ਵੀ ਇਹਨੂੰ ਹੋਰ ਉਤਸ਼ਾਹ ਨਾਲ ਲਾਗੂ ਕਰਾਂਗੇ। ਪਰ ਅਸੀਂ ਆਲਰੇਡੀ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਮੈਨੂੰ ਖੁਸ਼ੀ ਹੈ ਤੁਹਾਨੂੰ ਦੱਸਦੇ ਹੋਏ ਕਿ ਜਲੰਧਰ ਦੇ ਟੋਟਲ 1867 ਬੂਥ ਨੇ, ਅਸੀਂ ਉਹਨਾਂ 'ਚੋਂ 1300 ਬੂਥ ਆਲਰੇਡੀ ਕਵਰ ਕਰਤੇ। ਮੈਨੂੰ ਇਹ ਲੱਗਦਾ ਵੀ ਜਿਸ ਸਪੀਡ ਨਾਲ ਅਸੀਂ ਚੱਲ ਰਹੇ ਹਾਂ ਵੀ ਹਰ ਬੂਥ 'ਤੇ ਅਸੀਂ 2-2 ਵਾਰੀ ਪਹੁੰਚ ਜਾਂਗੇ ਇਲੈਕਸ਼ਨ ਤੋਂ ਪਹਿਲਾਂ। ਉੱਥੇ ਅਸੀਂ ਮੌਕਾ ਦਿੰਦੇ ਹਾਂ, ਅਸੀਂ ਮੌਕ ਪੋਲਿੰਗ ਵੀ ਕਰਾਉਂਦੇ ਹਾਂ ਵੀ ਲੋਕ ਆਪ ਆ ਕੇ ਵੋਟ ਪਾ ਕੇ ਦੇਖ ਲੈਣ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਔਰ ਉਹਨਾਂ ਦੇ ਸੰਸ਼ੇ ਵੀ ਅਸੀਂ ਦੂਰ ਕਰ ਦਿੰਦੇ ਹਾਂ। ਤੇ VVPAT ਦੀ ਤੁਸੀਂ ਗੱਲ ਕੀਤੀ ਹੈ, ਕੀ ਚੀਜ਼ ਹੈ ਜਿਹਦੇ ਬਾਰੇ ਆਪਾਂ ਵਿਸਥਾਰ ਦੇ ਵਿੱਚ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਣੀ ਹੋਵੇ, ਦੱਸਣਾ ਹੋਵੇ ਉਹਨਾਂ ਨੂੰ? ਅੱਗੇ ਕੀ ਹੁੰਦਾ ਸੀ ਮੈਡਮ ਮਾਨ, ਕਿ ਲੋਕ ਜਿਹੜੇ ਜਦੋਂ ਵੋਟ ਪਾਉਂਦੇ ਸੀਗੇ EVM ਦੇ ਰਾਹੀਂ, ਜਿਵੇਂ ਬਟਨ ਦਬਤਾ ਬੰਦਾ ਇਹ ਕਹਿੰਦਾ ਸੀ ਮੈਨੂੰ ਪਤਾ ਨਹੀਂ ਲੱਗਿਆ ਮੇਰੇ ਕੈਂਡੀਡੇਟ ਨੂੰ ਮੇਰੀ ਵੋਟ ਗਈ ਕਿ ਨਾ। VVPAT ਬੇਸਿਕਲੀ ਇੱਦਾਂ ਹੈਗਾ ਜਿਵੇਂ ਆਪਾਂ ਬਿੱਲ ਛਾਪਦੀ ਹੈ ਨਾ ਮਸ਼ੀਨ ਆਟੋਮੈਟਿਕ, ਜਾਂ ATM 'ਤੇ ਤੁਹਾਨੂੰ ਪਰਚੀ ਮਿਲਦੀ ਹੈ, ਇੱਦਾਂ ਕਰਕੇ ਇੱਕ ਬਕਸਾ ਹੈਗਾ, ਬਕਸਾ ਆਟੋਮੈਟਿਕ ਹੈ। ਜਦੋਂ ਤੁਸੀਂ ਆਪਦੀ ਮਰਜ਼ੀ ਦੀ EVM 'ਤੇ ਹੀ ਵੋਟ ਪਹਿਲਾਂ ਵਾਂਗੂ ਹੀ ਬਟਨ ਦੱਬ ਕੇ ਪਾਉਂਦੇ ਹੋ, ਤਾਂ ਇਸ ਬਕਸੇ ਦੇ ਵਿੱਚ ਇੱਕ ਆਟੋਮੈਟਿਕ ਮਸ਼ੀਨ ਲੱਗੀ ਹੈ, ਉਸ 'ਚ ਪਰਚੀ ਛਪ ਕੇ ਆਉਂਦੀ ਹੈ ਜਿਸ 'ਚ ਕਿ ਤੁਹਾਡੇ ਕੈਂਡੀਡੇਟ ਦਾ ਨਾਮ ਔਰ ਤੁਹਾਡੇ ਕੈਂਡੀਡੇਟ ਦਾ ਚੋਣ ਚਿੰਨ੍ਹ ਆਉਂਦਾ, ਔਰ ਉਹ ਤੁਹਾਨੂੰ ਸਾਹਮਣੇ ਦਿਖਦੀ ਹੈ 7 ਸੈਕਿੰਡ ਲਈ, ਅੰਦਰ ਲਾਈਟ ਜਗਦੀ ਹੈ ਔਰ ਉਹ ਪਰਚੀ ਕੱਟ ਕੇ ਬਕਸੇ ਦੇ ਵਿੱਚ ਡਿੱਗ ਜਾਂਦੀ ਹੈ। ਦੈਟ ਮੀਨਸ ਇਹ ਹੈ ਵੀ ਜਿਵੇਂ ਬੈਲਟ ਪੇਪਰ ਰਾਹੀਂ ਚੋਣ ਹੁੰਦੀ ਸੀ, ਤੁਸੀਂ ਆਪਦੀਆਂ ਅੱਖਾਂ ਸਾਹਮਣੇ ਦੇਖਦੇ ਹੋ ਮੇਰੀ ਪਰਚੀ ਕਿਹਨੂੰ ਗਈ, ਔਰ ਅਗਰ ਐਸੀ ਲੋੜ ਪਵੇ ਕੋਰਟ ਕਵੇ ਜਾਂ ਕੈਂਡੀਡੇਟ ਐਸਾ ਮਹਿਸੂਸ ਕਰਨ, ਤਾਂ ਉਹ ਪਰਚੀਆਂ ਗਿਣ ਕੇ ਜਿਹੜਾ EVM ਦੇ ਰਿਜ਼ਲਟ ਨਾਲ ਮਿਲਾਈਆਂ ਜਾ ਸਕਦੀਆਂ। ਔਰ ਇਸ ਵਾਰੀ ਤਾਂ ਹੋਰ ਵੀ ਹਦਾਇਤ ਹੈ ਕਿ ਅਸੀਂ ਘੱਟੋ ਘੱਟ ਹਰ ਅਸੈਂਬਲੀ ਕੌਂਸਟੀਚੁਐਂਸੀ 'ਚ 1 ਬੂਥ ਦੀਆਂ ਜਿਹੜੀਆਂ ਰੈਂਡਮਲੀ ਕੱਢ ਕੇ ਉਹਨਾਂ ਨੂੰ ਮਿਲਾਨ ਕਰਨਾ ਵੀ ਕੀ ਇਹ EVM ਨਾਲ ਮੇਚ ਖਾਂਦੀ ਹੈ ਕਿ ਨਹੀਂ ਖਾਂਦੀ। ਤੋ
ਇਹਨੂੰ ਅੰਗਰੇਜ਼ੀ 'ਚ ਅਗਰ ਇਹਦਾ ਤਰਜਮਾ ਕਰੀਏ ਤਾਂ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ VVPAT ਆਮ ਭਾਸ਼ਾ 'ਚ ਆਪਾਂ ਕਹਿੰਦੇ ਹਾਂ। ਇਹਦਾ ਮਤਲਬ ਹੈ ਕਿ ਵੀ ਪੇਪਰ ਦੀ ਜਿਹੜੀ ਪਰਚੀ ਹੈ ਉਹ ਡਿੱਗਣੀ ਹੈ, ਜਿਹਨੂੰ ਕਿ ਬਾਅਦ 'ਚ ਵੀ ਵੈਰੀਫਾਈ ਕੀਤਾ ਜਾ ਸਕਦਾ ਔਰ ਵੋਟਰ ਖੁਦ ਦੇ ਸਕਦਾ। ਜੀ ਜੀ ਜੀ, ਔਰ ਬਹੁਤ ਵਧੀਆ ਗੱਲ ਹੋਵੇਗੀ ਜੀ, ਔਰ ਨਾਲ ਦੀ ਨਾਲ ਇਹ ਰੌਲਾ ਵੀ ਨਹੀਂ ਰਹੇਗਾ ਕਿਉਂਕਿ ਅਕਸਰ ਹਾਰ ਜਾਣ ਤੋਂ ਬਾਅਦ ਸਿਆਸੀ ਪਾਰਟੀਆਂ ਰੌਲਾ ਪਾਉਂਦੀਆਂ ਨੇ ਕਿ EVM ਦੇ ਵਿੱਚ ਨੁਕਸ ਸੀ, ਬਟਨ ਕਿਤੇ ਨੱਪਿਆ ਗਿਆ, ਵੋਟ ਕਿਤੇ ਚਲੀ ਗਈ, ਇਹ ਵੀ ਨਹੀਂ ਰੌਲਾ ਖਤਮ ਹੋ ਜਾਏਗਾ। ਔਰ ਵੈਸੇ ਫਿਲਹਾਲ ਇਸ ਵੇਲੇ ਦਰਸ਼ਕ ਸਾਡੇ ਨਾਲ ਗੱਲਬਾਤ ਕਰਨੀ ਚਾਹੁੰਗੇ ਜੀ, ਸਵਾਗਤ ਕਰਦੇ ਹਾਂ ਜੀ ਗੱਲਾਂ ਤੇ ਗੀਤ ਵਿੱਚ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਆਪਣਾ ਸਵਾਲ ਸਾਂਝਾ ਕਰੋ ਜੀ। ਸਰ ਅਸੀਂ ਆਪਣੇ ਬੱਚਿਆਂ ਦੇ ਨਾ 22 ਸਾਲ ਦੀ ਉਮਰ ਹੋ ਚੁੱਕੀ ਹੈ ਜੀ, ਉਹਨਾਂ ਦੇ ਜਿੰਨੇ ਵਾਰੀ ਪਹਿਲਾਂ ਫਾਰਮ ਭਰਦੇ ਸੀ ਇੱਥੇ APO ਆਉਂਦੇ BLO, ਉਹ ਵੀ ਅਜੇ ਤੱਕ ਨਹੀਂ ਆਏ, ਤੇ ਹੁਣ ਦੁਬਾਰਾ ਆਪਣੇ ਕੋਈ ਵੈਬਸਾਈਟ ਜਾਰੀ ਕੀਤੀ ਜਿਹਦੇ ਨੰਬਰ ਭੇਜਦੇ ਸੀ ਜੀ, ਨਾ ਵੋਟਰ ਲਿਸਟ ਵਿੱਚ ਅਜੇ ਤੱਕ ਨਾਂ ਨਹੀਂ ਆਉਂਦੇ ਜੀ, ਇਹਦੇ ਬਾਰੇ ਕੀ ਕਰਨਾ ਚਾਹੀਦਾ ਜੀ? ਸ਼ੁਕਰੀਆ ਜੀ। ਦੇਖੋ ਜੀ ਸਰਦਾਰ ਸਾਹਿਬ, ਇਹ ਬੜਾ ਸੀਰੀਅਸ ਗੱਲ ਹੈਗੀ ਹੈ। ਅਗਰ ਤੁਸੀਂ ਕਹਿੰਦੇ ਹੋ ਵੀ ਕਈ ਵਾਰੀ ਫੋਰਮ ਭਰਤੇ ਤੇ ਨਾਮ ਨਹੀਂ ਆਏ ਜੀ, ਨੋਰਮਲੀ ਦੇਖੋ ਜਿਹੜਾ ਸਾਡਾ ਇਲੈਕਸ਼ਨ ਆਫਿਸ ਹੈ ਉਹਦਾ ਕਿਸੇ ਨਾਲ ਕੋਈ ਬੈਰ ਤਾਂ ਹੈ ਨਹੀਂ, ਅਸੀਂ ਕੋਸ਼ਿਸ਼ ਕਰਦੇ ਹਾਂ ਸਭ ਦੇ ਨਾਮ ਹੋਣ ਬਿਲਕੁਲ, ਪਰ ਜੇ ਇੱਦਾਂ ਦੀ ਲੈਪਸ ਹੋਈ ਹੈ ਤਾਂ ਤੁਸੀਂ ਇਹਦੀ ਜਿਹੜੀ ਸ਼ਿਕਾਇਤ ਹੈਗੀ ਆਪਣਾ ਸੰਬੰਧਿਤ ਜਿਹੜੇ SDM ਸਾਹਿਬ ਨੇ ਉਹਨਾਂ ਨੂੰ ਜਾ ਕੇ ਦਿਓ, ਉਹਨਾਂ ਦੇ ਧਿਆਨ 'ਚ ਲਿਆਓ। ਔਰ ਇਸ ਵਾਰ ਕਿਉਂਕਿ ਤੁਸੀਂ ਫੋਰਮ ਅਗਰ ਦਿੱਤੇ ਹੈ ਤਾਂ 31 ਜਨਵਰੀ ਨੂੰ ਜਿਹੜੀਆਂ ਵੋਟਰ ਸੂਚੀਆਂ ਬਣੀਆਂ ਨੇ ਉਹ ਔਨਲਾਈਨ ਵੀ ਅਵੇਲੇਬਲ ਨੇ, ਉਹਦੇ ਲਈ ਤੁਸੀਂ NVSP ਪੋਰਟਲ 'ਤੇ ਜਾ ਕੇ ਜਿਹੜੀ ਆਪਦੀ ਵੋਟ ਹੈਗੀ ਆ ਉਹਨੂੰ ਸਰਚ ਕਰ ਸਕਦੇ ਹੋ। CEO ਪੰਜਾਬ ਦੀ ਜਿਹੜੀ ਵੈਬਸਾਈਟ ਹੈਗੀ ਉਹਦੇ 'ਤੇ ਜਾ ਕੇ ਕਰ ਸਕਦੇ ਹੋ। ਹੁਣ ਤਾਂ ਸੰਸਾਰ ਹੈ ਜਿਹੜਾ ਬੜਾ ਛੋਟਾ ਹੋ ਗਿਆ, ਤੁਸੀਂ ਉੱਥੇ ਜਾ ਕੇ ਆਪਣਾ ਨਾਮ, ਫਾਦਰ ਨੇਮ ਔਰ ਡੇਟ ਆਫ ਬਰਥ ਜਦੋਂ ਪਾਓਗੇ ਤੁਹਾਡਾ ਐਗਜੈਕਟ ਵੋਟ ਬਣੀ ਨਹੀਂ ਬਣੀ ਤੁਹਾਨੂੰ ਪਤਾ ਲੱਗ ਜਾਊਗਾ। ਜੇ ਮੰਨ ਲਓ BLO ਤੁਹਾਡੀ ਗੱਲ ਨਹੀਂ ਸੁਣਦਾ ਤਾਂ ਇਹਦੀ ਸ਼ਿਕਾਇਤ ਤੁਸੀਂ ERO ਕੋਲ ਕਰੇ, ਜੇ ਉੱਥੇ ਵੀ ਤੁਹਾਡੀ ਗੱਲ ਨਹੀਂ ਬਣਦੀ ਤਾਂ ਆਪਣੇ DC ਸਾਹਿਬਾਨ ਜਿਹੜੇ ਕਿ ਡਿਸਟ੍ਰਿਕਟ ਇਲੈਕਟੋਰਲ ਆਫਿਸਰ ਹੁੰਦੇ ਨੇ ਉਹਨਾਂ ਕੋਲ ਜਾ ਕੇ ਤੁਸੀਂ ਸ਼ਿਕਾਇਤ ਕਰੋ, ਜ਼ਰੂਰ ਹੀ ਤੁਹਾਡਾ ਇਹਦਾ ਨਿਪਟਾਰਾ ਹੋਏਗਾ। ਔਰ ਇਸ ਤੋਂ ਇਲਾਵਾ 1950 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਉਸ 'ਤੇ ਕਰੋ, ਬਟ ਆਈ ਐਮ ਸ਼ੋਰ 99% ਮੈਂ ਸ਼ੋਰ ਹੈ ਕਿ ਤੁਹਾਡੀ ਵੋਟ ਬਣ ਗਈ ਹੋਣੀ ਹੈ। ਤੁਸੀਂ ਔਨਲਾਈਨ NVSP ਪੋਰਟਲ, ਦੁਬਾਰਾ ਮੈਂ ਰਿਪੀਟ ਕਰ ਰਿਹਾ, www.nvsp.in ਤੇ ਚੈੱਕ ਕਰੋ ਹੁਣੇ ਜੀ। ਇੱਕ ਨਾ ਹੋਰ ਗੱਲ ਆਉਂਦੀ ਹੈ ਚਰਨਜੀਤ ਜੋਗੀ ਜੀ, ਸਾਡੇ NRI ਵੀਰ ਉਹਨਾਂ ਨੂੰ ਵੀ ਵੋਟ ਪਾਉਣ ਦਾ ਬਹੁਤ ਚਾਹ ਹੁੰਦਾ, ਹੁਣ ਜੇ ਤੁਸੀਂ ਵੀ ਕਿਤੇ ਬਾਹਰ ਰਹਿੰਦੇ ਹੋ ਪੰਜਾਬ 'ਚ ਵੋਟਾਂ ਪੈਂਦੀਆਂ, ਹੁਣ ਤੁਸੀਂ ਨਾ ਜ਼ਿਆਦਾ ਤਵੱਜੋ ਦੇ ਦਿਆ ਉਹਨਾਂ ਲੋਕਾਂ ਦੇ ਵਿੱਚ, ਆਪਾਂ ਬਹੁਤ ਉਤਸ਼ਾਹ ਦੇਖਦੇ ਹਾਂ ਉਹਨਾਂ ਦੇ ਲਈ ਕੀ ਕਦਮ ਚੁੱਕੇ ਜਾਂਦੇ ਨੇ, ਅਤੇ ਜਿਹੜੇ ਆਪਣੇ ਦਿਵਿਆਂਗ ਭੈਣ ਭਰਾ ਨੇ ਉਹਨਾਂ ਦੇ ਲਈ ਖਾਸ ਪ੍ਰਬੰਧ ਕੀ ਹੁੰਦੇ ਨੇ ਜਿਹੜੇ ਸਪੈਸ਼ਲ ਲੋਕ ਹੁੰਦੇ ਨੇ? ਬਿਲਕੁਲ ਮੈਮ, ਇਸ ਤਰ੍ਹਾਂ ਹੈ NRI ਵੀਰਾਂ ਦੇ ਲਈ ਅਤੇ ਭੈਣਾਂ ਦੇ ਲਈ ਇਹ ਸੁਵਿਧਾ ਹੈਗੀ ਹੈ ਕਿ ਜਿਹੜੇ ਵੀ NRI 18 ਸਾਲ ਤੋਂ ਉੱਤੇ ਦੀ ਉਮਰ ਦੇ ਨੇ, ਅਗਰ ਉਹਨਾਂ ਕੋਲ ਵੈਲਿਡ ਇੰਡੀਅਨ ਪਾਸਪੋਰਟ ਹੈਗਾ ਔਰ ਉਸ ਪਾਰਟ ਦੇ ਪਾਸਪੋਰਟ ਦੇ ਵਿੱਚ ਜਿਹੜਾ ਉਹਨਾਂ ਦਾ ਜਿਹੜਾ ਇੱਥੋਂ ਦਾ ਘਰ ਦਾ ਐਡਰੈਸ ਦਿਖਾਇਆ ਗਿਆ ਉਹ ਪੰਜਾਬ ਦਾ ਹੈਗਾ, ਤਾਂ ਉਹ ਆਪਦੀ ਜਿਹੜੀ ਵੋਟ ਹੈਗੀ ਹੈ ਬਣਾ ਸਕਦੇ ਆ। ਇਹਦੇ ਨਾਲ ਸਪੈਸ਼ਲ ਅਸੀਂ ਉਹਨਾਂ ਦਾ ਜਿਹੜਾ ਅੰਕਿਤ ਵੀ ਕਰਦੇ ਹੈਗੇ ਆ ਵੋਟਰ ਸੂਚੀ ਦੇ ਵਿੱਚ, ਔਰ ਜਦੋਂ ਇਹਨਾਂ ਨੇ ਵੋਟ ਪਾਉਣੀ ਹੈ ਇਹਨਾਂ ਨੂੰ ਵੋਟਰ ਕਾਰਡ ਲਿਆਉਣ ਦੀ ਲੋੜ ਨਹੀਂ ਹੈ, ਇਹ ਆਪਦਾ ਪਾਸਪੋਰਟ ਦਿਖਾ ਕੇ ਉੱਥੇ ਮੌਕੇ 'ਤੇ ਵੋਟ ਪਾ ਸਕਦੇ ਆ। ਰੈਦਰ ਮੈਂ ਤੁਹਾਡਾ, ਕਿਉਂਕਿ ਬੜਾ ਸਸ਼ਕਤ ਮਾਧਿਅਮ ਹੈ, ਕਰੋੜਾਂ ਦਰਸ਼ਕਾਂ ਤੱਕ ਔਰ ਓਵਰਸੀਜ਼ ਵੀ ਪਹੁੰਚਦਾ, ਮੈਂ ਬੇਨਤੀ ਕਰਦਾ ਸਾਰੇ NRI ਵੀਰਾਂ ਭੈਣਾਂ ਨੂੰ ਕਿ ਉਹ ਆਪਦਾ ਜਿਹੜਾ ਫੋਰਮ ਜਿਹੜਾ ਔਨਲਾਈਨ ਭਰ ਕੇ ਆਪਦੇ ਪਾਸਪੋਰਟ ਦੀ ਕਾਪੀ ਉਹਨਾਂ ਨੇ ਲਾਣੀ ਹੈ, ਫੋਟੋ ਦੀ ਕਾਪੀ ਲਾਣੀ ਹੈ, ਆਪਦੀ ਵੋਟ ਬਣਾਉਣ, ਸਾਡੇ ਕੋਲ ਰਜਿਸਟਰ ਕਰਾਉਣ, ਖਾਸ ਕਰ ਜਲੰਧਰ ਅਤੇ ਦੁਆਬਾ ਤਾਂ NRI ਸਾਹਿਬ ਹੈ। ਔਰ ਦੂਜੀ ਗੱਲ ਰਹੀ ਦਿਵਿਆਂਗਾਂ ਦੀ, ਉਹਨਾਂ ਦੇ ਲਈ ਮੈਮ ਇਸ ਤਰ੍ਹਾਂ ਵੋਟਰ ਬਣਨ ਦਾ ਪ੍ਰੋਸੈਸ ਤਾਂ ਸੇਮ ਹੈ ਜੋ ਕਿ ਇੱਧਰ ਸੀਗਾ, ਬਟ ਇਹਨਾਂ ਦੇ ਜਦੋਂ ਵੋਟਰ ਪਾਉਣ ਦੀ ਸਹੂਲੀਅਤ ਦੇ ਲਈ ਇਲੈਕਸ਼ਨ ਕਮਿਸ਼ਨ ਸਪੈਸ਼ਲ ਧਿਆਨ ਦੇ ਰਿਹਾ, ਅਸੀਂ ਆਲਰੇਡੀ ਸਾਰੇ DCs ਨੇ ਜਿਹੜੀਆਂ ਵੋਟਰ ਸੂਚੀਆਂ ਨੇ ਉਹਨਾਂ ਦੇ ਵਿੱਚ ਮਾਰਕ ਕਰਤੇ ਹੈਗੇ ਆ। ਜੇਕਰ ਇਹ ਚਾਹੁਣਗੇ ਤਾਂ ਉਸ ਟਾਈਮ 'ਤੇ ਅਸੀਂ ਹੈਲਪਲਾਈਨ ਨੰਬਰ ਖੋਲ੍ਹਾਂਗੇ, ਇਹਨਾਂ ਨੂੰ ਕੋਈ ਟਰਾਂਸਪੋਰਟ ਦੀ ਸੁਵਿਧਾ ਚਾਹੀਦੀ ਹੈ, ਕੋਈ ਵੀਲਚੇਅਰ ਦੀ ਸੁਵਿਧਾ ਚਾਹੀਦੀ ਹੈ, ਤਾਂ ਅਸੀਂ ਸਪੈਸ਼ਲ ਦੇਵਾਂਗੇ। ਔਰ ਇਹ ਇਲੈਕਸ਼ਨ ਕਮਿਸ਼ਨ ਨੇ ਇੱਕ ਹੋਰ ਬੜਾ ਉਮਦਾ ਕਦਮ ਇਹ ਚੁੱਕਿਆ ਹੈਗਾ ਕਿ ਜਿਹੜੇ ਵੀਰ ਭੈਣ ਸਾਡੇ ਵਿਜੂਅਲੀ ਚੈਲੇਂਜ ਹੈਗੇ ਨੇ, ਜਿਹੜਾ ਸਾਡਾ EVM ਮਸ਼ੀਨ ਹੈ, EVM ਮਸ਼ੀਨ 'ਤੇ ਜਿਹੜਾ ਸਾਡਾ ਲੱਗੇਗਾ ਬੈਲਟ ਪੇਪਰ, ਉਹਦੇ ਵਿੱਚ ਜਿਹੜੀ ਬ੍ਰੇਲ ਲਿਪੀ ਹੈਗੀ ਹੈ ਉਹਦੇ 'ਚ ਵੀ ਖੁਣੇ ਹੋਣਗੇ ਨਿਸ਼ਾਨ, ਤਾਂ ਉਹ ਮਸ਼ੀਨ 'ਤੇ ਹੱਥ ਲਾ ਕੇ ਉਹਨਾਂ ਨੂੰ ਕਿਸੇ ਦੀ ਹੈਲਪ ਲੈਣ ਦੀ ਲੋੜ ਨਹੀਂ, ਉਹ ਸੀਰੀਅਲ ਨੰਬਰ ਦੇਖ ਕੇ ਕੈਂਡੀਡੇਟ ਦਾ ਨਾਮ ਅਤੇ ਉਹਦੀ ਪਾਰਟੀ ਜਿਹੜੀ ਹੈਗੀ ਹੈ ਉਹਨਾਂ ਨੂੰ ਪਤਾ ਲੱਗ ਸਕਦਾ ਹੈਗਾ। ਸੋ ਇਹ ਬੜਾ ਵੱਡਾ ਕਦਮ ਵਿਜੂਅਲੀ ਚੈਲੇਂਜ ਜਿਹੜੇ ਸਾਡੇ ਭਰਾ ਨੇ ਜਿਹੜੇ ਅੱਖਾਂ ਨਾਲ ਦੇਖ ਨਹੀਂ ਸਕਦੇ ਉਹਨਾਂ ਦੇ ਲਈ ਹੈਗਾ, ਔਰ ਜਿਹੜੇ ਬਜ਼ੁਰਗ ਮੰਨ ਲਓ ਬਹੁਤ ਇਨਫਰਮ ਨੇ, ਜੇਕਰ ਉਹ ਚਾਹੁਣ ਤਾਂ ਉਹ ਯਾਨੀ ਕਿ ਉਹਨਾਂ ਦੀ ਆਪਦੀ ਇੱਛਾ 'ਤੇ ਪ੍ਰੈਜ਼ਾਈਡਿੰਗ ਆਫਿਸਰ ਕੋਲ ਜਾ ਕੇ ਡਿਕਲੇਰੇਸ਼ਨ ਦੇ ਕੇ ਆਪਦੇ ਜਿਸ ਵੀ ਬੰਦੇ ਦੀ, ਉਹ ਕੋਈ ਰਿਸ਼ਤੇਦਾਰ ਦੀ, ਆਪਦੇ ਭੈਣ ਭਰਾ ਦੀ, ਜਿਹਦੀ ਕੋਈ ਵੋਟ ਪਾਉਣ 'ਚ ਮਦਦ ਲੈਣਾ ਚਾਹਣ,
ਬਜ਼ੁਰਗ ਤੇ ਉਹ ਵੀ ਲੈ ਸਕਦੇ ਨੇ, ਇਹ ਵੀ ਇੱਕ ਕਦਮ ਚੁੱਕਿਆ ਗਿਆ। ਜੀ, ਕਈ ਵਾਰ ਇਸੇ ਗੱਲ ਨੂੰ ਲੈ ਕੇ ਬਹੁਤ ਤਕਰਾਰ ਹੁੰਦੀ ਹੈ ਪੋਲਿੰਗ ਸਟੇਸ਼ਨਸ ਦੇ ਉੱਪਰ ਕਿ ਬਜ਼ੁਰਗ ਨੂੰ ਕੋਈ ਲੈ ਕੇ ਉਹ ਆਖ ਦਿੰਦੇ ਨੇ ਕਿ ਇਸ ਨੂੰ ਅਸੀਂ ਵੋਟ ਨਹੀਂ ਪਾਉਣ ਦੇਣੀ, ਇਹ ਡੈਕਲਰੇਸ਼ਨ ਫਾਰਮ ਦੇ ਨਾਲ ਆਸਾਨੀ ਹੋ ਜਾਏਗੀ ਇਹ? ਹਾਂ ਬਿਲਕੁਲ, ਦੇਖੋ ਇਸ ਤਰ੍ਹਾਂ ਕਈ ਲੋਕ ਅਗਰ ਇਹਦਾ ਕੋਈ ਮਿਸਯੂਜ਼ ਕਰਨਾ ਚਾਹੇ, ਬੰਦਾ ਚੰਗਾ ਭਲਾ, ਉਹਦੀਆਂ ਅੱਖਾਂ ਵੀ ਠੀਕ ਨੇ, ਤੁਰ ਫਿਰ ਸਕਦਾ, ਇਹ ਪ੍ਰੈਜ਼ਾਈਡਿੰਗ ਆਫੀਸਰ ਨੇ ਮੌਕੇ ਤੇ ਫੈਸਲਾ ਕਰਨਾ। ਜੀ, ਜੇਕਰ ਬਜ਼ੁਰਗ ਮਤਲਬ ਬਿਲਕੁਲ ਹੀ ਉਹਨੂੰ ਦਿਖ ਨਹੀਂ ਰਿਹਾ ਔਰ ਚੱਲਣ ਫਿਰਨ 'ਚ ਵੀ ਅਸਮਰੱਥ ਹੈ ਪਰ ਵੋਟਰ ਬੂਥ ਤੱਕ ਪਹੁੰਚ ਗਿਆ, ਉਹਨੂੰ ਕੋਈ ਹੈਲਪ ਦੀ ਲੋੜ ਹੈ ਤਾਂ ਉਹ ਲੈ ਸਕਦਾ ਹੈ ਔਰ ਇਹਦਾ ਓਵਰਆਲ ਜਿਹੜਾ ਅਧਿਕਾਰ ਹੈ ਪ੍ਰੈਜ਼ਾਈਡਿੰਗ ਆਫੀਸਰ ਕੋਲੇ ਹੈ ਕਿ ਉਹ ਜਿਹੜੇ ਓਬਜੈਕਸ਼ਨ ਏਜੰਟਾਂ ਵੱਲੋਂ ਆਉਂਦੇ ਆ ਉਹਨੂੰ ਓਵਰਰੂਲ ਵੀ ਕਰ ਸਕਦਾ, ਪਰ ਜੇ ਕੋਈ ਮਿਸਯੂਜ਼ ਕਰਕੇ ਜਾਣ ਬੁੱਝ ਕੇ ਕਿਸੇ ਨੂੰ ਨਾਲ ਲਿਜਾਣਾ ਚਾਹੁੰਦਾ ਤਾਂ ਉਹਦੀ ਜਿਹੜੀ ਅਰਜ਼ੀ ਹੈ ਉਹਨੂੰ ਦਰਖਾਸਤ ਨੂੰ ਰੱਦ ਵੀ ਕਰ ਸਕਦਾ। ਖੁਦਾ ਨਾ ਖਾਸਤਾ ਕੋਈ ਅਕਾਲ ਚਲਾਣਾ ਕਰ ਜਾਂਦਾ, ਕੋਈ ਸਾਡੇ ਪਰਿਵਾਰ ਦਾ ਜਿਹੜਾ ਮੈਂਬਰ ਹੈ ਉਹ ਵਿਛੜ ਜਾਂਦਾ, ਉਸਦੀ ਵੋਟ ਕਟਾਉਣੀ ਕਿੰਨੀ ਕੁ ਜ਼ਰੂਰੀ ਹੈ ਅਤੇ ਉਸਦੀ ਜੇ ਵੋਟ ਕਟਾਉਣੀ ਹੋਵੇ ਉਹਦੇ ਲਈ ਕੀ ਕੀਤਾ ਜਾ ਸਕਦਾ? ਦੇਖੋ ਮੈਡਮ, ਇਹ ਬੜਾ ਜ਼ਰੂਰੀ ਹੈ, ਮੇਰੀ ਸਾਰੇ ਜਿਹੜੇ ਸੂਝਵਾਨ ਪੰਜਾਬੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਕੋਈ ਅਕਾਲ ਚਲਾਣਾ ਕਰ ਜਾਂਦਾ ਹੈਗਾ ਤਾਂ ਉਹਦਾ ਮੌਤ ਦਾ ਸਰਟੀਫਿਕੇਟ ਤੁਹਾਨੂੰ ਲੈਣਾ ਚਾਹੀਦਾ ਹੈ ਪਹਿਲੀ ਗੱਲ, ਕਿਉਂਕਿ ਕਦੇ ਵੀ ਤੁਹਾਨੂੰ ਲੋੜ ਬਹੁਤ ਸਾਰੇ ਕੰਮਾਂ ਵਿੱਚ ਜ਼ਰੂਰਤ ਪੈਂਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਆਪਦੇ ਜਿਹੜੇ SDM ਸਾਹਿਬ ਹੈਗੇ ਨੇ ਜਾਂ ਤੁਹਾਡੇ BLO ਨੇ ਉਹਨਾਂ ਨੂੰ ਸੂਚਿਤ ਕਰੋ, ਇਹਦਾ ਇੱਕ ਫਾਰਮ 7 ਹੁੰਦਾ ਜੋ ਕਿ ਪਰਿਵਾਰ ਨੇ ਭਰਨਾ ਹੁੰਦਾ ਜੀ, ਤੇ ਉਸ ਤੋਂ ਬਾਅਦ ਅਸੀਂ ਫਾਰਮ 7 ਦੇ ਹਿਸਾਬ ਤੇ ਉਸ ਬੰਦੇ ਦੀ ਜਿਹੜੀ ਵੋਟ ਹੈਗੀ ਆ ਵੋਟਰ ਸੂਚੀ 'ਚੋਂ ਡਿਲੀਟ ਕਰ ਦਿੰਦੇ ਹੈਗੇ। ਜੀ ਜੀ, ਔਰ ਸਪੈਸ਼ਲ ਹੁਣ ਕਵਾਇਦ ਹੋਏਗੀ ਕਿਉਂਕਿ ਇਲੈਕਸ਼ਨ ਈਅਰ ਹੈ, ਹੁਣ ਅਸੀਂ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਤੀਆਂ ਤਾਂ ਹੁਣ ਅਸੀਂ ਇਲੈਕਸ਼ਨ ਕਮਿਸ਼ਨ ਦੀ ਇਹ ਹਦਾਇਤ ਹੁੰਦੀ ਹੈ ਕਿ ਇਲੈਕਸ਼ਨ ਈਅਰ 'ਚ ਸੂਹ ਮੋਟੋ ਜਿਹੜੀ ਹੈਗੀ ਹੈ ਕਿਸੇ ਦੀ ਯਾਨੀ ਕਿ ਅਸੀਂ ਆਪਦੀ ਮਰਜ਼ੀ ਨਾਲ ਵੋਟਾਂ ਨਹੀਂ ਕੱਟਣੀਆਂ ਚਾਹੀਦੀਆਂ, ਅਤੇ ਹੁਣ ਇਸ ਵੇਲੇ ਵੀ ਜਿਹੜੇ BLO ਹੈ ਇਲੈਕਸ਼ਨ ਤੋਂ ਪਹਿਲਾਂ ਘਰੋ ਘਰੀ ਜਾਣਗੇ, 3 ਤਰ੍ਹਾਂ ਦੇ ਵੋਟਰ ਜਿਹੜੇ ਹੈਗੇ ਨੇ ਉਹਨਾਂ ਨੂੰ ਉਹ ਮਾਰਕ ਕਰਨਗੇ ਵੋਟਰ ਸੂਚੀਆਂ 'ਚ, ਉਹਨਾਂ ਦੀ ਵੋਟ ਕੱਟੀ ਨਹੀਂ ਜਾਏਗੀ। 3 ਤਰ੍ਹਾਂ ਦੇ ਵੋਟਰ ਨੇ ASD, ਉਹਨੂੰ ਅਸੀਂ ਕਹਿੰਦੇ ਹਾਂ ਐਬਸੈਂਟੀ, ਜਿਹੜਾ ਕਿ ਉੱਥੋਂ ਰਹਿ ਨਹੀਂ ਰਿਹਾ, ਸ਼ਿਫਟਡ ਜਿਵੇਂ ਕੋਈ ਬਦਲੀ ਹੋ ਗਈ ਪਾਸੇ ਚਲਿਆ ਗਿਆ, ਜਾਂ ਡੈਡ ਜਿਹਨਾਂ ਦੀ ਮੌਤ ਹੋ ਚੁੱਕੀ ਹੈ, ਤਾਂ ਇਹ ਮਾਰਕ ਕਰਕੇ ਅਸੀਂ ਭੇਜਾਂਗੇ ਔਰ ਪ੍ਰੈਜ਼ਾਈਡਿੰਗ ਆਫੀਸਰ ਨੂੰ ਇਹ ਹਦਾਇਤ ਹੋਏਗੀ ਕਿ ਪੋਲਿੰਗ ਵਾਲੇ ਦਿਨ ਜਿਹੜੇ ਇਹ ASD ਮਾਰਕਡ ਵੋਟਰਸ ਹੈਗੇ ਨੇ, ਜੇ ਇਹਨਾਂ 'ਚੋਂ ਕੋਈ ਪ੍ਰਗਟ ਹੋ ਜਾਂਦਾ ਹੈ ਵੋਟ ਪਾਉਣ ਦੇ ਲਈ, ਇਹ ਨਹੀਂ ਵੀ ਉਹਨੂੰ ਰੋਕਣਾ, ਪਰ ਉਹਦੀ ਸਪੈਸ਼ਲ ਤਹਿਕੀਕਾਤ ਕਰਨੀ ਹੈ ਕਿ ਕਿਤੇ ਐਂ ਤਾਂ ਨਹੀਂ ਵੀ ਉਹਦੀ ਥਾਂ 'ਤੇ ਕੋਈ ਜਾਲੀ ਵੋਟਰ ਵੋਟ ਪਾਉਣ ਆ ਗਿਆ। ਤਾਂ ਮੇਰੀ ਜਾਗਰੂਕ ਪੰਜਾਬੀਆਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਦੀ ਮੌਤ ਹੋ ਗਈ, ਸ਼ਿਫਟ ਹੋ ਗਿਆ ਜਾਂ ਉਹਨੂੰ ਜਾਣਾ ਪੈ ਗਿਆ, ਤਾਂ ਉਹਦੇ ਸੰਬੰਧੀ ਆਪਦੀ ਜਿਹੜੀ ਸੂਚਨਾ ਆਪਦੇ BLO ਨੂੰ ਜਲਦੀ ਤੋਂ ਜਲਦੀ ਦਿਓ ਤਾਂ ਕਿ ਸਾਡਾ ਲੋਕਤੰਤਰ ਮਜ਼ਬੂਤ ਹੋਏ, ਕੋਈ ਉਹਨਾਂ ਦੀ ਵੋਟ ਨੂੰ ਗਲਤ ਇਸਤੇਮਾਲ ਨਾ ਕਰੇ। ਜੀ, ਅਸੀਂ ਹੋਰ ਵੀ ਸਾਡੇ ਕੋਲ ਸਵਾਲਾਂ ਹੈਗੇ ਨੇ, ਪਰ ਸਾਡੇ ਇੱਕ ਦਰਸ਼ਕ ਆਪਣਾ ਸਵਾਲ ਲੈ ਕੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਸਵਾਗਤ ਕਰਦੇ ਹਾਂ ਜੀ ਗੱਲਾਂ ਤੇ ਗੀਤ ਵਿੱਚ। ਹੈਲੋ ਜੀ, ਨਮਸਕਾਰ ਜੀ। ਨਮਸਕਾਰ ਜੀ ਜੁਗੀ ਸਾਹਿਬ ਜੀ, ਨਮਸਕਾਰ ਜੀ, ਹੋਰ ਕੀ ਹਾਲ ਜੀ? ਬਿਲਕੁਲ ਠੀਕ ਠਾਕ ਹੈ ਜੀ, ਆਪਣਾ ਸਵਾਲ ਸਾਂਝਾ ਕਰੋ। ਸਰ ਮੈਂ ਸੁਲਤਾਨਪੁਰ ਦੇ ਬੋਲ ਰਿਹਾ, ਇੰਦਰ ਵਿਹਾਰ ਰੋੜਾ ਜੀ। ਸਰ ਮੈਂ ਬਤੌਰ BLO ਵੀ ਕੰਮ ਕਰ ਰਿਹਾ ਵਾਂ ਜੀ, ਇੱਕ ਜਾਣਕਾਰੀ ਲੈਣੀ ਸੀ ਮੈਂ ਡੀਜੀ ਸਾਹਿਬ ਕੋਲੋਂ ਜੀ। ਬਿਲਕੁਲ, ਤੇ ਜਿਵੇਂ ਕੋਈ ਮਤਲਬ ਲੜਕਾ ਬਾਹਰ ਵਿਆਹ ਉਹਦਾ ਹੋ ਗਿਆ, ਉੱਥੋਂ ਲੜਕੀ ਉਹ ਇੱਧਰ ਆ ਗਈ ਆਪਣੇ ਇੰਡੀਆ 'ਚ, ਪਰ ਉਹਦਾ ਪਾਸਪੋਰਟ ਜਿਹੜਾ ਹੈ ਉਹ ਉੱਧਰ ਲਈ ਆ, ਇੱਧਰਲਾ ਨਹੀਂ ਹੈਗਾ, ਪਰ ਉਹ ਆਧਾਰ ਕਾਰਡ ਤੇ ਪੈਨ ਕਾਰਡ ਬਣ ਗਿਆ, ਉਹਦੀ ਵੋਟ ਬਣ ਸਕਦੀ ਇੱਥੇ ਜੀ, ਜਾਂ ਕਿਵੇਂ ਬਣ ਸਕਦੀ ਆ ਜੀ? BLO ਸਾਹਿਬ ਨੇ ਜਿਹੜਾ ਸਵਾਲ ਪੁੱਛਿਆ, ਦੇਖੋ ਇਸ 'ਚ ਮੈਂ ਪਹਿਲਾਂ ਹੀ ਕਿਹਾ ਸੀ BLO ਸਾਹਿਬ ਕਿ ਜਿਹੜੇ ਬੰਦੇ ਦਾ ਇੰਡੀਅਨ ਪਾਸਪੋਰਟ ਹੈ, ਇੰਡੀਅਨ ਸਿਟੀਜ਼ਨ ਹੈ ਪਰ ਰਹਿ ਬਾਹਰ ਰਿਹਾ, NRI ਦਾ ਮਤਲਬ ਕੀ ਹੈ, ਨੋਨ ਰੈਜ਼ੀਡੈਂਟ ਇੰਡੀਅਨ ਹੈ, ਬੰਦਾ ਇੰਡੀਅਨ ਹੈ, ਉਹਦੀ ਸਿਟੀਜ਼ਨਸ਼ਿਪ ਇੰਡੀਅਨ ਹੈ, ਵੋਟ ਪਾਉਣ ਦੇ ਲਈ ਪਹਿਲਾ ਜਿਹੜਾ ਮੂਲ ਸਿਧਾਂਤ ਹੈ ਬੰਦਾ ਭਾਰਤੀ ਨਾਗਰਿਕ ਹੋਣਾ ਚਾਹੀਦਾ, ਆਪਾਂ ਕਲਾਸਾਂ 'ਚ ਵੀ ਪੜ੍ਹਦੇ ਹਾਂ। ਤਾਂ ਜੇ ਕਿਸੇ ਕੋਲ ਇੰਡੀਅਨ ਪਾਸਪੋਰਟ ਨਹੀਂ ਹੈਗਾ ਉਹ ਵੋਟਰ ਨਹੀਂ ਬਣ ਸਕਦਾ। ਜਿੱਥੋਂ ਤੱਕ ਪੈਨ ਕਾਰਡ ਦੀ ਗੱਲ ਹੈ ਜਾਂ ਆਧਾਰ ਕਾਰਡ ਦੀ ਗੱਲ ਹੈ, ਉਸ 'ਚ ਇਹ ਮੈਂ ਸਪਸ਼ਟ ਕਰ ਦੇਵਾਂ ਸਾਰੇ NRI ਵੀਰਾਂ ਨੂੰ ਵੀ ਕਿ ਭਾਵੇਂ ਇੰਡੀਅਨ ਸਿਟੀਜ਼ਨਸ਼ਿਪ ਨਾ ਵੀ ਹੋਏ, ਜੇਕਰ 180 ਦਿਨਾਂ ਤੋਂ ਵੱਧ ਇੰਡੀਆ 'ਚ ਸਟੇ ਕਰ ਗਿਆ ਤਾਂ ਉਹ ਆਧਾਰ ਕਾਰਡ 'ਤੇ ਆਪਦਾ ਅਤੇ ਟੈਕਸ ਦੇਣ ਦੇ ਲਈ ਪੈਨ ਕਾਰਡ ਤਾਂ ਬਣਾ ਸਕਦਾ ਹੈ, ਪਰ ਉਹਦੇ ਨਾਲ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਦਾ। ਵੋਟ ਪਾਉਣ ਦੇ ਅਧਿਕਾਰ ਦੇ ਲਈ ਜਾਂ ਇੰਡੀਅਨ ਸਿਟੀਜ਼ਨ ਹੋਵੇ, ਭਾਵੇਂ ਦੀ ਪਾਸਪੋਰਟ ਨਾ ਵੀ ਹੋਵੇ ਉਹਦੇ ਕੋਲ, ਮੰਨ ਲਓ ਕੋਈ ਬੰਦਾ ਕਹਿੰਦਾ ਮੈਂ ਪਾਸਪੋਰਟ ਬਣਾਉਣਾ ਨਹੀਂ, ਰਹਿੰਦਾ ਇੰਡੀਆ 'ਚ, ਇੰਡੀਅਨ ਸਿਟੀਜ਼ਨ ਹੈ, ਪਰ ਜਿਹੜੇ ਵੀਰ NRI ਨੇ ਜਿਹਨਾਂ ਕੋਲ ਇੰਡੀਅਨ ਪਾਸਪੋਰਟ ਹੈ, ਰਹਿੰਦੇ ਬਾਹਰ ਹੈ, ਬਾਹਰ ਦੀ ਨਾਗਰਿਕਤਾ ਅਜੇ ਉਹਨਾਂ ਨੇ ਨਹੀਂ ਲਿੱਤੀ, ਪਰ ਜਿਹੜੇ ਦਿਨ ਉਹ ਇੰਡੀਅਨ ਨਾਗਰਿਕਤਾ ਸਰੈਂਡਰ ਕਰਕੇ ਬਾਹਰ ਦੀ ਨਾਗਰਿਕਤਾ ਲੈ ਲੈਣਗੇ, ਉਹ ਫਿਰ ਇਹ ਸੁਵਿਧਾ ਨਹੀਂ ਲੈ ਸਕਣਗੇ। ਬਿਲਕੁਲ ਜੀ, ਗੱਲ ਕੀ ਆ, ਤੁਹਾਨੂੰ ਮਤਦਾਤਾ ਬਣਨ ਵਾਸਤੇ ਭਾਰਤੀ ਹੋਣਾ ਲਾਜ਼ਮੀ ਹੈ, ਬਾਕੀ ਡਾਕੂਮੈਂਟਸ ਉਹਨੇ ਮਾਇਨੇ ਨਹੀਂ ਰੱਖਦੇ। ਸਭ ਤੋਂ ਪਹਿਲੀ ਗੱਲ, ਤੁਹਾਡੀ ਨਾਗਰਿਕਤਾ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ, ਜਿਵੇਂ ਮਾਨਯੋਗ DC ਸਾਹਿਬ ਨੇ ਦੱਸਿਆ। ਔਰ ਜੇਕਰ ਗੱਲ ਕਰਦੇ ਹਾਂ, ਬਹੁਤ ਸਾਰੀਆਂ ਡਿਊਟੀਆਂ ਤੁਸੀਂ ਲਗਾਉਂਦੇ ਹੋ ਜਦੋਂ ਚੋਣਾਂ ਹੁੰਦੀਆਂ ਨੇ, ਅਧਿਆਪਕ ਵੀ ਹੁੰਦੇ ਨੇ, ਪੈਰਾਮਿਲਟਰੀ ਫੋਰਸਿਸ ਹੁੰਦੀਆਂ ਨੇ, ਅਤੇ ਜਾਂ ਫਿਰ ਉਹ ਸਾਡੇ ਵੀਰ ਜਵਾਨ ਹੁੰਦੇ ਨੇ ਜਿਹੜੇ ਹੱਦਾਂ ਸਰਹੱਦਾਂ 'ਤੇ ਖੜ੍ਹੇ ਹੁੰਦੇ ਨੇ, ਉਹ ਵੀ ਦੇਸ਼ ਦੇ ਪ੍ਰਤੀ ਸੋਚਦੇ ਨੇ, ਆਪਣੀ ਮਤ ਦਾ ਪ੍ਰਯੋਗ ਕਰਨਾ ਚਾਹੁੰਦੇ ਨੇ, ਉਹ ਕਿਵੇਂ ਕਰ ਸਕਦੇ ਨੇ?
ਉਸਦੇ ਲਈ ਇਲੈਕਸ਼ਨ ਕਮਿਸ਼ਨ ਨੇ ਹੁਣ ਬਹੁਤ ਅੱਛਾ ਕੀਤਾ। ਪਹਿਲਾਂ ਇਹ ਹੁੰਦਾ ਸੀ ਵੀ ਉਹਨਾਂ ਦਾ ਜਿਹੜਾ ਮਤ ਪੱਤਰ ਜਾਂਦਾ ਵਿਚਾਰੇ ਏਡੀਆਂ ਫਾਰਵਰਡ ਪੋਸਟਾਂ 'ਤੇ ਲੱਗੇ ਹੁੰਦੇ, ਉਹਨੂੰ ਟਾਈਮ ਲੱਗ ਜਾਂਦਾ। ਹੁਣ ਅਸੀਂ ETBP ਇਲੈਕਟ੍ਰੋਨਿਕਲੀ ਟਰਾਂਸਮਿਟਡ ਬੈਲਟ ਪੇਪਰ ਕਹਿੰਦੇ ਹਾਂ, ਜਿੱਦੇ ਹੀ ਕੈਂਡੀਡੇਟ ਸਾਡੇ ਫਾਈਨਲ ਹੋ ਗਏ, ਨਾਮ ਵਾਪਸ ਲੈਣ ਦੀ ਤਰੀਕ ਨਿਕਲ ਗਈ, ਸਕਰੂਟਨੀ ਹੋ ਗਈ, ਅਸੀਂ ਨਾਲ ਦੀ ਨਾਲ ਈਮੇਲ ਦੇ ਰਾਹੀਂ ਉਹਨਾਂ ਨੂੰ ਬੈਲਟ ਪੇਪਰ ਉਹਨਾਂ ਦੇ ਯੂਨਿਟ ਨੂੰ ਭੇਜ ਦੇਣੇ ਆ। ਉਹਨਾਂ ਦੇ ਜਿਹੜਾ ਕੰਟਰੋਲਿੰਗ ਆਫਿਸਰ ਹੈ ਉਹਨੇ ਉਸ ਫੌਜੀ ਜਵਾਨ ਨੂੰ ਜਾਂ ਅਫਸਰ ਨੂੰ ਦੇ ਦੇਣੇ ਆ, ਅਤੇ ਉਹਨਾਂ ਨੇ ਉਸ 'ਤੇ ਵੋਟ ਪਾ ਕੇ ਵਾਪਸ ਬਾਈ ਪੋਸਟ ਜਿਹੜਾ ਹੈਗਾ ਰਿਟਰਨਿੰਗ ਆਫਿਸਰ, ਭਾਵ ਇਸ ਕੇਸ 'ਚ DC ਰਿਟਰਨਿੰਗ ਆਫਿਸਰ ਹੋਏਗਾ, ਉਹਨੂੰ ਭੇਜ ਦੇਣੀ ਹੈ। ਉਸ 'ਤੇ ਐਡਰੈਸ ਲਿਖਿਆ ਹੁੰਦਾ ਅਤੇ ਉਸ 'ਤੇ ਕੋਈ ਉਹਨਾਂ ਨੇ ਟਿਕਟ ਵੀ ਨਹੀਂ ਲਾਉਣੀ। ਉਹ ਜਦੋਂ ਸਾਨੂੰ ਪ੍ਰਾਪਤ ਹੋ ਜਾਣਗੇ, ਉਹਦਾ ਜਿਹੜਾ ਜਿਹੜਾ ਉਹਦਾ ਪੋਸਟੇਜ ਖਰਚਾ ਹੈਗਾ, ਡਾਕ ਖਰਚਾ ਹੈਗਾ, ਉਹ ਅਸੀਂ ਦੇਵਾਂਗੇ। ਤੋ ਉਹਨਾਂ ਲਈ ਤਾਂ ਇਹ ਸੁਵਿਧਾ ਹੋ ਗਈ। ਜਿਹੜੇ ਸਾਡੇ ਵੀਰ ਭੈਣ ਮੁਲਾਜ਼ਮ ਡਿਊਟੀ ਦੇ ਹੁੰਦੇ ਨੇ, ਉਹ ਦੋ ਤਰ੍ਹਾਂ ਨਾਲ ਇਹ ਕਰ ਸਕਦੇ ਆ। ਮੰਨ ਲਓ ਜਲੰਧਰ ਜ਼ਿਲ੍ਹੇ 'ਚ ਹੀ ਕਿਸੇ ਦੀ ਡਿਊਟੀ ਲੱਗ ਗਈ, ਪਰ ਜਲੰਧਰ ਪਾਰਲੀਮੈਂਟਰੀ ਕੌਨਸਟੀਚੁਐਂਸੀ 'ਚ ਉਹਨੇ ਵੋਟ ਪਾਉਣੀ ਹੈ, ਭਾਵੇਂ ਕਿਸੇ ਮਰਜ਼ੀ ਹਲਕੇ 'ਚ ਚਲੇ ਜਾਵੇ, ਤਾਂ ਉਹ ਸਾਡੇ ਕੋਲੋਂ ਇਲੈਕਸ਼ਨ ਡਿਊਟੀ ਸਰਟੀਫਿਕੇਟ, ਉਹਨੂੰ ਅਸੀਂ ਕਹਿੰਦੇ ਹਾਂ EDC, ਉਹ ਲੈ ਸਕਦਾ। ਅਤੇ ਜਿਹੜੇ ਬੂਥ 'ਤੇ ਉਹਦੀ ਡਿਊਟੀ ਲੱਗਦੀ ਹੈ, ਉੱਥੇ ਆਮ ਵੋਟਰਾਂ ਵਾਂਗੂ ਬਟਨ ਦੱਬ ਕੇ ਉਹ ਵੋਟ ਪਾ ਸਕਦਾ EDC ਦੇ ਬੇਸ 'ਤੇ। ਪਰ ਜੇ ਮੰਨ ਲਓ ਕੋਈ ਕਪੂਰਥਲੇ ਦਾ ਬੰਦਾ ਹੈ, ਔਰ ਉਹ ਖਡੂਰ ਸਾਹਿਬ ਕੌਨਸਟੀਚੁਐਂਸੀ 'ਚ ਮੰਨ ਲਓ ਪੈਂਦਾ ਹੈਗਾ, ਪਰ ਉਹਦੀ ਡਿਊਟੀ ਲੱਗ ਗਈ ਜਲੰਧਰ, ਜੀ ਉਸ ਕੇਸ ਦੇ ਵਿੱਚ ਕੀ ਹੈਗਾ ਕਿ ਉਹ ਜਿਹੜਾ ਹੈਗਾ ਉਹ ਪੋਸਟਲ ਬੈਲਟ ਦੇ ਲਈ ਅਪਲਾਈ ਕਰੇਗਾ ਆਪਦੇ ਜਿਹੜੇ ਰਿਟਰਨਿੰਗ ਆਫਿਸਰ ਨੇ ਜਿੱਥੇ ਉਹਦੀ ਵੋਟ ਬਣੀ ਹੈ, ਔਰ ਉਹਨੂੰ ਪੋਸਟਲ ਬੈਲਟ ਪਹਿਲਾਂ ਹੀ ਦੇ ਦਿੱਤਾ ਜਾਵੇਗਾ। ਉਹਨੂੰ ਬਣਾ ਕੇ ਉਹ ਉਹਨਾਂ ਦੇ ਦਫ਼ਤਰ 'ਚ ਆਵੇ, ਉੱਥੇ ਪਾ ਸਕਦਾ ਹੈ, ਜਿੱਥੇ ਉਹਦੀ ਰਿਹਰਸਲ ਹੋਵੇ ਉੱਥੇ ਉਹ ਬਕਸੇ 'ਚ ਪਾ ਸਕਦਾ, ਜਾਂ ਬਾਈ ਪੋਸਟ ਭੇਜਣਾ ਚਾਹੇ ਤਾਂ ਬਾਈ ਪੋਸਟ ਪਾ ਸਕਦਾ, ਉਹ ਖੋਲ੍ਹ ਕੇ ਬਕਾਇਦਾ ਉਹਨੂੰ ਕਾਊਂਟਿੰਗ ਵਾਲੇ ਦਿਨ ਕਾਊਂਟ ਕਰ ਲਿੱਤਾ ਜਾਵੇ। ਸ਼ਰਮਾ ਸਾਹਿਬ, ਜੇ ਆਪਾਂ ਗੱਲ ਕਰਦੇ ਸ਼ਹਿਰੀ ਤਾਂ ਪੇਂਡੂ ਖੇਤਰਾਂ ਦੀ, ਤੁਹਾਨੂੰ ਕੀ ਲੱਗਦਾ ਦੋਵਾਂ 'ਚੋਂ ਪੜ੍ਹੇ ਲਿਖੇ ਵਰਗ ਦੇ ਵਿੱਚ ਜ਼ਿਆਦਾ ਜਾਗਰੂਕਤਾ ਦੀ ਲੋੜ ਹੈ ਕਿ ਅਨਪੜ੍ਹ ਵਰਗ ਦੇ ਵਿੱਚ? ਮੈਮ ਦੇਖੋ, ਇਹ ਬੜਾ ਅਨਫੋਰਚੁਨੇਟ ਹੈ, ਮਤਲਬ ਕਈ ਵਾਰੀ ਹੋ ਸਕਦਾ ਲੋਕਾਂ ਨੂੰ ਚੁੱਭ ਵੀ ਜਾਵੇ ਗੱਲ, ਜਿਹੜੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਪੜ੍ਹਨ ਦੀ ਦਰ, ਸਾਖਰਤਾ ਦਰ ਸਭ ਤੋਂ ਥੱਲੇ ਹੈ, ਉੱਥੇ ਜਿਹੜੀ ਵੋਟਿੰਗ ਪਰਸੈਂਟੇਜ, ਜਿਵੇਂ ਮਾਨਸਾ ਜ਼ਿਲ੍ਹਾ, ਉਹ ਹਰ ਵਾਰੀ ਟੌਪ 'ਤੇ ਆਉਂਦਾ, 80-85-87% ਤੱਕ ਜਾਂਦੀ ਹੈ। ਅਤੇ ਜਿਹੜੇ ਜ਼ਿਲ੍ਹੇ ਜ਼ਿਆਦਾ ਅਰਬਨਾਈਜ਼ਡ ਨੇ, ਮਤਲਬ ਸ਼ਹਿਰੀਕਰਨ ਜ਼ਿਆਦਾ ਹੋ ਗਿਆ, ਲੋਕ ਜ਼ਿਆਦਾ ਪੜ੍ਹ ਲਿਖ ਗਏ, ਉੱਥੇ ਵੋਟਿੰਗ ਪਰਸੈਂਟੇਜ ਘੱਟ ਹੈਗੀ ਹੈ। ਇਹਨੂੰ ਅਸੀਂ ਅਰਬਨ ਐਪਥੀ ਵੀ ਕਹਿੰਦੇ, ਅੰਗਰੇਜ਼ੀ ਦਾ ਸ਼ਬਦ ਹੈ, ਇਹਦਾ ਮਤਲਬ ਹੈ ਕਿ ਸ਼ਹਿਰੀ ਵੋਟਰਾਂ ਦੀ ਉਦਾਸੀਨਤਾ। ਔਰ ਇਲੈਕਸ਼ਨ ਕਮਿਸ਼ਨ ਇਹਦੇ ਪ੍ਰਤੀ ਕਾਫ਼ੀ ਜਾਗਰੂਕ ਹੈ, ਕਾਫ਼ੀ ਚੇਤਨ ਹੈ। ਹੁੰਦਾ ਕੀ ਹੈ ਕਿ ਜਿਹੜੇ ਸ਼ਹਿਰੀ ਵੋਟਰ ਨੇ, ਪੜ੍ਹੇ ਲਿਖਿਆ ਵਰਗਾ, ਉਹ ਇਹਨੂੰ ਐਜ਼ ਏ ਨੈਸ਼ਨਲ ਹੋਲੀਡੇ ਲੈਂਦੇ ਨੇ, ਵੀ ਛੁੱਟੀ ਹੋ ਗਈ, ਕਿਤੇ ਜਾਣ ਦੀ ਲੋੜ ਨਹੀਂ, ਜਾਂ ਕਈ ਵਾਰੀ 2-3 ਛੁੱਟੀਆਂ ਇਕੱਠੀਆਂ ਹੋ ਗਈਆਂ, ਵੀ ਬਾਹਰ ਬੱਚਿਆਂ ਨੂੰ ਲੈ ਕੇ ਨਿਕਲ ਜਾਓ, ਇਹ ਬੜੀ ਮਾੜੀ ਗੱਲ ਹੈ। ਸਾਡਾ ਜਿਹੜਾ ਦੇਸ਼ ਦਾ ਭਵਿੱਖ ਹੈਗਾ, ਉਹ ਤੁਹਾਡੀ ਇੱਕ ਇੱਕ ਵੋਟ ਨੇ, ਜਿਵੇਂ ਬੂੰਦ ਨਾ ਹੋਵੇ ਤਾਂ ਸਮੁੰਦਰ ਨਹੀਂ ਬਣ ਸਕਦਾ। ਤੇ ਜੇਕਰ ਅਰਬਨ ਵੋਟਰ ਜਿਹੜੇ ਆ, ਕਈ ਵਾਰੀ ਵੋਟ ਨਹੀਂ ਪਾਉਂਦੇ, ਮੇਰੀ ਇਹ ਅਪੀਲ ਹੈ ਅਰਬਨ ਵੋਟਰ ਨੂੰ, ਸ਼ਹਿਰੀ ਵੋਟਰਾਂ ਨੂੰ, ਕਿ ਹੁੰਮ ਹਮਾ ਕੇ ਆਓ, ਜਿਹੜਾ ਇਹ ਠੱਪਾ ਲੱਗਿਆ ਕਿ ਸ਼ਹਿਰੀ ਵੋਟਰ ਉਦਾਸੀਨ ਨੇ, ਉਹ ਉਤਰੇ, ਤਾਂ ਹੀ ਜਿਹੜੀਆਂ ਸਰਕਾਰਾਂ ਹੈਗੀਆਂ ਨੇ ਉਹ ਤੁਹਾਡੇ ਵੱਲ ਧਿਆਨ ਦੇਣਗੀਆਂ, ਇਹ ਵੀ ਵੋਟਰ ਸਾਡੇ ਹੈਗੇ ਨੇ, ਔਰ ਇਹਨਾਂ ਲਈ ਕੋਈ ਚੰਗੀਆਂ ਪਾਲਿਸੀਆਂ ਬਣਾਈਏ। ਬਿਲਕੁਲ ਜੀ। ਤੇ ਜੇਕਰ ਅਸੀਂ ਗੱਲ ਕਰੀਏ, ਕਿਉਂਕਿ ਜਿਹੜਾ ਹੁਣ ਆਹ ਸਮਾਂ ਚੱਲ ਰਿਹਾ, ਇਸ ਨੂੰ ਅਸੀਂ ਚੋਣਾਂ ਦਾ ਵਰਾ ਕਹਿ ਰਹੇ ਹਾਂ, ਔਰ ਹੁਣ ਚੋਣਾਂ ਆ ਜਾਣੀਆਂ ਨੇ ਆਮ ਲੋਕ ਸਭਾ ਦੀਆਂ, ਅਤੇ ਉਹਨਾਂ ਦੇ ਵਾਸਤੇ ਕੀ ਪੁਖਤਾ ਇੰਤਜ਼ਾਮਾਤ ਕੀਤੇ ਗਏ ਨੇ, ਅਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਮ ਵੋਟਰਾਂ ਦੇ ਵਾਸਤੇ? ਜੋਗੀ ਸਾਹਿਬ, ਇਹ ਨਾ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਹਰਕੂਲੀਅਨ ਟਾਸਕ, ਬਹੁਤ ਵੱਡਾ ਟਾਸਕ ਹੈਗਾ। ਇਹਦੇ ਲਈ 5 ਸਾਲ ਕੰਮ ਕਰਕੇ ਅਸੀਂ ਲਗਾਤਾਰ ਕੀੜੀ ਵਾਂਗੂ ਜਿਹੜੀ ਇਲੈਕਸ਼ਨ ਮਸ਼ੀਨਰੀ ਚੱਲਦੀ ਰਹਿੰਦੀ ਹੈ, ਅਸੀਂ ਵੋਟਰ ਸੂਚੀਆਂ ਅਸੀਂ ਬਣਾ ਲਈਆਂ, ਸਾਰਾ ਹਾਰਡ ਜਿਹੜਾ ਸਮਾਨ ਖਰੀਦਣਾ ਉਹ ਅਸੀਂ ਖਰੀਦ ਲਿਆ, ਮਤਲਬ ਸ਼ਾਹੀ ਤੋਂ ਲੈ ਕੇ, ਪਿੰਨ ਤੋਂ ਲੈ ਕੇ, ਗੋਂਦ ਤੋਂ ਲੈ ਕੇ, ਸਟੈਂਪਸ ਤੋਂ ਲੈ ਕੇ, ਨਿੱਕੀ ਨਿੱਕੀ ਚੀਜ਼, ਬੋਰੀਆਂ ਤੋਂ ਲੈ ਕੇ, ਬਕਸਿਆਂ ਤੋਂ ਲੈ ਕੇ, ਮਸ਼ੀਨਾਂ ਤੋਂ ਲੈ ਕੇ, ਹਰ ਚੀਜ਼ ਤਿਆਰ ਹੈ। ਅਸੀਂ ਜਿਹੜੀ ਟਰਾਂਸਪੋਰਟ ਪਲੈਨ ਅਸੀਂ ਬਣਾ ਲਈ। ਸਭ ਤੋਂ ਵੱਡੀ ਗੱਲ ਹੈ ਕਿ ਸਾਡੀ ਜਿਹੜੀ ਬੰਗਲੌਰ, ਸਾਡੀ BEL ਕੰਪਨੀ ਹੈਗੀ ਹੈ, ਉੱਥੋਂ ਸਾਡੇ ਕੋਲ VVPAT ਪ੍ਰਾਪਤ ਸੰਖਿਆ ਦੇ ਵਿੱਚ ਸਾਡੀਆਂ EVM ਮਸ਼ੀਨਾਂ ਆ ਗਈਆਂ। ਉਹਨਾਂ ਦੀ ਫਸਟ ਲੈਵਲ ਚੈਕਿੰਗ ਪਾਰਟੀਆਂ ਦੇ ਸਾਹਮਣੇ ਕਰਕੇ ਅਸੀਂ ਉਹਨਾਂ ਨੂੰ ਸਟੋਰ ਕਰ ਲਿਆ, ਸਾਰੇ ਬੰਦਿਆਂ ਦਾ ਅਸੀਂ ਡਾਟਾ ਫੀਡ ਕਰ ਲਿਆ ਵੀ ਡਿਊਟੀ ਜਿਨ੍ਹਾਂ ਦੀ ਲਾਣੀ ਹੈ, ਉਹਨਾਂ ਨੂੰ ਸ਼ਾਇਦ ਪਤਾ ਵੀ ਨਹੀਂ ਹੋਣਾ, ਉਹ ਸਾਰਾ ਸੈਂਟਰਲ ਗਵਰਨਮੈਂਟ ਦੇ ਵੀ, ਸਟੇਟ ਗਵਰਨਮੈਂਟ ਦੇ ਵੀ, ਅਸੀਂ ਤਿਆਰ ਬਰ ਤਿਆਰ ਹੈਗੇ ਹਾਂ। ਔਰ ਜਿੱਦੇ ਵੀ ਇਲੈਕਸ਼ਨ ਡਿਕਲੇਅਰ ਹੋਊਗੀ, ਅਸੀਂ ਨਾਲ ਦੀ ਨਾਲ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਲਈ ਵਚਨਬੱਧ ਹੈਗੇ ਆ। ਬਿਲਕੁਲ ਜੀ। ਔਰ ਜਿਵੇਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਨੂੰ ਦੱਸਿਆ ਕਿ ਬਿਲਕੁਲ ਜਿਹੜੀ ਕਿ ਨਿਰਪੱਖ ਚੋਣਾਂ ਕਰਵਾਉਣ ਦੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਦਿੱਤੀ ਹੈ, ਹੁਣ ਜ਼ਿੰਮੇਵਾਰੀ ਹੈ ਵੋਟਰ ਦੀ ਕਿ ਉਹ ਨਿਰਪੱਖ ਹੋ ਕੇ ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਡਰ ਦੇ, ਬਿਨਾਂ ਕਿਸੇ ਜਾਤ ਪਾਤ, ਊਚ ਨੀਚ ਦੇ, ਬਿਨਾਂ ਕਿਸੇ ਫਰਕ ਦੇ, ਉਹ ਵੋਟ ਪਾ ਕੇ ਆਪਣੇ ਦੇਸ਼ ਦਾ ਭਵਿੱਖ ਤੈਅ ਕਰੇ, ਭਾਰਤੀ ਨਾਗਰਿਕ ਬਣ ਕੇ। ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੋਗੀ ਸਾਹਿਬ, ਮਹਿਮਾਨ, ਬਹੁਤ ਬਹੁਤ ਧੰਨਵਾਦ, ਅਤੇ ਤੁਹਾਡੇ ਜਿਹੜੇ ਹਜ਼ਾਰਾਂ ਲੱਖਾਂ ਦਰਸ਼ਕ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਪਰ ਵੋਟ ਜ਼ਰੂਰ ਪਾਓ, ਵੋਟ ਜ਼ਰੂਰ ਬਣਾਓ, ਜ਼ਿੰਮੇਵਾਰ ਨਾਗਰਿਕ ਬਣੋ ਜੀ। ਬਹੁਤ ਬਹੁਤ ਸ਼ੁਕਰੀਆ ਜੀ।